ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਸੁਖਬੀਰ ਬਾਦਲ ਦੇ ਪਾਰਲੀਮੈਂਟ ਦੇ ਵਿੱਚ ਭਾਸ਼ਣ ਤੋਂ ਬਾਅਦ ਪੰਜਾਬ 'ਚ ਨਵੀਂ ਸਿਆਸਤ ਸ਼ੁਰੂ ਹੋ ਗਈ ਹੈ। ਸੁਖਬੀਰ ਬਾਦਲ ਨੇ ਮੋਦੀ ਦੇ ਸਾਰੇ ਮੰਤਰੀਆਂ ਦੇ ਸਾਹਮਣੇ ਚੰਡੀਗੜ੍ਹ ਪੰਜਾਬ ਲਈ ਮੰਗ ਲਿਆ, ਰਾਜਸਥਾਨ ਦੇ ਪਾਣੀ ਦੀ ਰਾਇਲਟੀ ਮੰਗ ਲਈ, ਸਰਹੱਦੀ ਕਿਸਾਨਾਂ ਲਈ 20,000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਮੰਗ ਲਿਆ, ਚੰਡੀਗੜ੍ਹ ਪੰਜਾਬ ਲਈ ਮੰਗ ਲਿਆ। ਸਾਰੀਆਂ ਵੱਡੀਆਂ ਗੱਲਾਂ ਸੁਖਬੀਰ ਬਾਦਲ ਨੇ ਉਸ ਭਾਸ਼ਣ ਵਿੱਚ ਕੀਤੀਆਂ, ਜਿਸ ਵਿੱਚ ਸੁਖਬੀਰ ਨੇ ਥੋੜ੍ਹਾ ਸਮਾਂ ਨਰਿੰਦਰ ਮੋਦੀ ਦੇ ਭਾਸ਼ਣ ਦਾ ਗੁਣਗਾਨ ਵੀ ਕੀਤਾ। ਸਿਆਸੀ ਮਾਹਰ ਨਿਚੋੜ ਕੱਢ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਉਹਨਾਂ ਅਸਲ ਮੁੱਦਿਆਂ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਮੁੱਦਿਆਂ ਨੂੰ ਨਾ ਚੱਕਣ ਕਰਕੇ ਅਕਾਲੀ ਦਲ ਨਿਘਾਰ ਵਾਲੇ ਪਾਸੇ ਜਾ ਰਿਹਾ ਸੀ। ਕਈ ਲੋਕ ਇਹ ਵੀ ਮੰਗ ਰਹੇ ਨੇ ਕਿ ਸੁਖਬੀਰ ਬਾਦਲ ਦੇ ਇਹਨਾਂ ਸਵਾਲਾਂ ਨੇ, ਇਸ ਭਾਸ਼ਣ ਨੇ ਭਾਜਪਾ ਨੂੰ ਕਸੂਤੀ ਸਥਿਤੀ 'ਚ ਫਸਾ ਦਿੱਤਾ। ਸੁਖਬੀਰ ਬਾਦਲ ਨੇ ਤਾਂ ਮੰਗ ਕਰ ਦਿੱਤੀ ਕਿ ਚੰਡੀਗੜ੍ਹ ਪੰਜਾਬ ਨੂੰ ਦਿਓ, ਕਿ ਪੰਜਾਬ ਦੀ ਭਾਜਪਾ ਇਹ ਮੰਗ ਕਰੇਗੀ, ਕਿ ਨਰਿੰਦਰ ਮੋਦੀ ਇਸ ਲਈ ਤਿਆਰ ਹੋਣਗੇ। ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ, ਔਰ ਪੰਜਾਬ 'ਚ ਵੱਧ ਸੀਟਾਂ ਮੰਗਣ ਵਾਲੀ ਭਾਜਪਾ ਲਈ ਸੁਖਬੀਰ ਬਾਦਲ ਦਾ ਇਹ ਭਾਸ਼ਣ ਕੜੰਗੀ ਸਾਬਤ ਹੋ ਸਕਦਾ। ਕੜੰਗੀ ਪੰਜਾਬੀ ਦੇ ਜਿਹੜੇ ਲੋਕ ਨੇ ਉਹ ਸਾਰੇ ਸਮਝਦੇ ਨੇ ਕੜੰਗੀ ਕੀ ਹੁੰਦੀ। ਛੋਟੇ ਹੁੰਦੇ ਅਸੀਂ ਖੇਡਦੇ ਖੇਡਦੇ ਇੱਕ ਦੂਸਰੇ ਨੂੰ ਪਾਇਆ ਕਰਦੇ ਸੀ। ਕੀ ਇਹ ਸਿਆਸੀ ਕੜੰਗੀ ਸੁਖਬੀਰ ਬਾਦਲ ਨੇ ਪਾਈ ਹੈ, ਜਾਂ ਸੱਚਮੁੱਚ ਇਹ ਮਸਲੇ ਹੱਲ ਕਰਨ ਦੀ ਦਿਸ਼ਾ ਦੇ ਵਿੱਚ ਅਕਾਲੀ ਦਲ ਹੁਣ ਮੋਦੀ ਦੀ ਸਰਕਾਰ ਨਾਲ ਲੋਹਾ ਲਏਗਾ, ਜਾਂ ਸੁਖਬੀਰ ਦੀਆਂ ਇਹ ਮੰਗਾਂ ਸਿਰਫ ਮਿੱਠੀਆਂ ਮਿੱਠੀਆਂ ਮੰਗਾਂ ਸੀ ਅਤੇ ਵਾਹਵਾਹੀ ਤੋਂ ਬਾਅਦ ਅਕਾਲੀ ਦਲ ਫਿਰ ਸ਼ਾਂਤ ਹੋ ਜਾਏਗਾ ਜਿਵੇਂ ਪਿਛਲੇ ਕਈ ਸਾਲਾਂ ਤੋਂ ਸ਼ਾਂਤ ਹੈ। ਇਹ ਸਾਰੇ ਮਸਲੇ, ਇਹਨਾਂ 'ਤੇ ਗੱਲ ਕਰਾਂਗੇ। ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਭਾਜਪਾ ਦੇ ਲੀਡਰ ਤਰੁਣ ਚੁੱਗ ਨੇ ਗਵਰਨਰ ਨੂੰ ਕਰਤੀ ਚਿੱਠੀ ਲਿਖ ਕੇ, ਕਹਿੰਦੇ ਸਿੱਧੂ ਨੂੰ ਭੱਤੇ ਕਾਹਦੇ, ਤਨਖਾਹ ਕਾਹਦੇ, ਜਦ ਸਿੱਧੂ ਕੰਮ ਨਹੀਂ ਕਰਦਾ। ਸਵਾਲ ਸਿੱਧੂ 'ਤੇ ਲਗਾਤਾਰ ਖੜ੍ਹੇ ਹੋ ਰਹੇ ਨੇ। ਉੱਧਰ ਕੈਪਟਨ ਨੇ ਕਈ ਚੇਅਰਮੈਨ ਨਿਯੁਕਤ ਕੀਤੇ ਪਰ ਕਿਸੇ ਵੀ MLA ਨੂੰ ਚੇਅਰਮੈਨ ਨਹੀਂ ਬਣਾਇਆ। ਬਹੁਤ ਸਾਰੇ MLA ਪਤਾ ਲੱਗਿਆ ਕਿ ਨਾਰਾਜ਼ ਹੈ, ਹੁਣ ਉਹ ਨਾਰਾਜ਼ਗੀ 'ਚ ਕੀ ਸਟੈਪ ਲੈਣਗੇ, ਇਹਦੇ 'ਤੇ ਵੀ ਨਜ਼ਰ ਬਣੀ ਰਹੂਗੀ। ਪਹਿਲਾਂ ਬਿਲਕੁਲ ਤਾਜ਼ੇ ਪੋਲੀਟੀਕਲ ਰਿਐਕਸ਼ਨ। ਇਹੋ ਜਿਹੇ ਨਲਾਇਕ ਮੰਤਰੀ ਨੂੰ ਰੱਖਣਾ ਹੀ ਨਹੀਂ ਚਾਹੀਦਾ, ਇਹੋ ਜਿਹਾ ਨਲਾਇਕ ਮੰਤਰੀ ਜਿਹੜਾ ਕੰਮ ਹੀ ਨਹੀਂ ਕਰਨਾ ਚਾਹੁੰਦਾ, ਜਿਹਨੂੰ ਪਤਾ ਹੀ ਨਹੀਂ ਕਿ ਲੋਕਾਂ ਦੀਆਂ ਮੁਸੀਬਤਾਂ ਕੀ ਹੈ, ਲੋਕਾਂ ਦੀਆਂ ਮੁਸ਼ਕਲਾਂ ਕੀ ਹੈ, ਉਹਨੂੰ ਹੱਲ ਕਿੱਦਾਂ ਕਰਨਾ, ਤਾਂ ਉਹਨੂੰ ਡਿਊਟੀ 'ਤੇ ਰਹਿਣ ਦਾ ਵੈਸੇ ਤਾਂ ਹੱਕ ਹੀ ਕੋਈ ਨਹੀਂ, ਆਪਣੀ ਪੋਸਟ 'ਤੇ ਰਹਿਣ ਦਾ ਹੱਕ ਹੀ ਕੋਈ ਨਹੀਂ। ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੋਚਣਾ ਚਾਹੀਦਾ, ਐਡੇ ਵੱਡੇ ਉਹਦੇ ਕੋਲ ਇੰਨੇ MLA ਹੈ, ਇਹਨੂੰ ਛੱਡ ਕੇ ਕਿਸੇ ਹੋਰ ਨੂੰ ਬਣਾ ਦੇਵੇ। ਪੰਜਾਬ ਦੇ ਅੰਦਰ ਜਿਹੜਾ ਸੰਵਿਧਾਨਿਕ ਸੰਕਟ ਉਤਪੰਨ ਹੋਇਆ, ਔਰ ਉੱਤੇ ਮੈਂ ਅੱਜ ਪੰਜਾਬ ਦੇ ਗਵਰਨਰ ਜੋ ਕਿ ਕੌਨਸਟੀਟਿਊਸ਼ਨ ਦੇ ਰਕਸ਼ਕ ਨੇ, ਸੰਵਿਧਾਨ ਦੇ ਰਕਸ਼ਕ ਨੇ, ਉਹਨਾਂ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਕੈਬਨਿਟ ਦੀ ਸਹੁੰ ਚੁੱਕੀ ਹੋਈ ਹੈ ਔਰ ਪਿਛਲੇ 6 ਜੂਨ ਤੋਂ ਮੰਤਰੀ ਮੰਡਲ ਦੀ ਬੈਠਕਾਂ 'ਚ ਨਹੀਂ ਆ ਰਹੇ, ਮੰਤਰੀ ਮੰਡਲ ਦਾ ਕੰਮ ਨਹੀਂ ਕਰ ਰਹੇ, ਔਰ ਮੁੱਖ ਮੰਤਰੀ ਨੇ ਜਿਹੜਾ ਉਹਨਾਂ ਦਾ ਵਿਭਾਗ ਚੇਂਜ ਕੀਤਾ, ਉਸ ਵਿਭਾਗ ਦਾ ਚਾਰਜ ਲੈਣ ਨੂੰ ਤਿਆਰ ਨਹੀਂ ਹੈਗੇ। ਦੇਖੋ, ਹੈ ਤਾਂ ਇਹ ਪਰਸਨਲ ਵਿਚਾਰ ਹੈ ਸਿੱਧੂ ਸਾਹਿਬ ਦਾ, ਕਿਉਂ ਨਹੀਂ ਜੁਆਇਨ ਕਰਦੇ, ਅਤੇ ਜਾਂ ਕਾਂਗਰਸ ਪਾਰਟੀ ਦਾ ਇੰਟਰਨਲ ਮਾਮਲਾ ਹੈ। ਲੇਕਿਨ ਮੇਰਾ ਖਿਆਲ ਹੈ ਕਿ ਇਹਦਾ ਕੋਈ ਨਾ ਕੋਈ ਫੈਸਲਾ ਇੱਕ ਪਾਸੇ ਹੋ ਜਾਣਾ ਚਾਹੀਦਾ, ਇਹ ਜਿਹੜਾ ਲਗਾਤਾਰ ਇਹ ਸਸਪੈਂਸ ਬਣਿਆ ਇਹ ਦੂਰ ਹੋਣਾ ਚਾਹੀਦਾ। ਵੈਸੇ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣਾ ਅਹੁਦਾ ਸਾਂਭਣ, ਸਿਆਣੇ ਬੰਦੇ ਨੇ, ਚੰਗੇ ਇਨਸਾਨ ਨੇ, ਆ ਕੇ ਡਿਪਾਰਟਮੈਂਟ 'ਚ ਕੋਈ ਨਾ ਕੋਈ ਇੰਪਰੂਵਮੈਂਟ ਦੇਵੇ। ਦੇਖੋ, ਪੰਜਾਬ ਦੇ ਕੋਲ ਪਹਿਲੀ ਗੱਲ, ਜੇ ਤਾਂ ਫਾਲਤੂ ਪਾਣੀ ਹੋਵੇ ਫਿਰ ਗੱਲ ਕਰਨੀ ਚਾਹੀਦੀ ਹੈ। ਜਿਹੋ ਜਿਹਾ ਹਰਿਆਣਾ ਉਹ ਤਿਹਾ ਪੰਜਾਬ ਆ, ਪੰਜਾਬ ਦੇ ਲੋਕ ਵੀ ਹਿੰਦੁਸਤਾਨ ਦੇ ਨਾਗਰਿਕ ਨੇ ਔਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਗੱਲ ਹੋਣੀ ਹੈ। ਬਟ ਜੇ ਪਾਣੀ ਹੈ ਹੀ ਨਹੀਂ ਤਾਂ ਦਿੱਤਾ ਕਿਹਨੂੰ ਜਾ ਸਕਦਾ? ਅੱਜ ਪੰਜਾਬ ਦੇ ਅੰਦਰ ਤਕਰੀਬਨ 14.5 ਲੱਖ ਦੇ ਕਰੀਬ ਟਿਊਬਵੈੱਲ ਜ਼ਮੀਨ 'ਚੋਂ ਪਾਣੀ ਕੱਢ ਰਿਹਾ, ਅਲਾਰਮਿੰਗ ਸਥਿਤੀ ਬਣੀ ਹੋਈ ਆ। ਜਿਹੜੇ ਰਿਸਰਚ ਕਰ ਰਹੇ ਨੇ ਉਹ ਦੱਸ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਪਾਣੀ ਜਿਹੜਾ ਉਹ ਖਤਮ ਹੋਣ ਜਾ ਰਿਹਾ। ਸਾਡੀ ਖੇਤੀ ਤਬਾਹ ਹੋ ਗਈ, ਸਾਡੀ ਜਿਹੜੀ ਖੇਤੀ ਵਾਸਤੇ 4.99 ਬਜਟ 4.99% ਬਜਟ ਰੱਖਿਆ ਗਿਆ ਸਰ। ਸੋ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਆਤਮ ਹੱਤਿਆ ਕਰ ਰਿਹਾ। ਹੈਰਾਨੀ ਹੁੰਦੀ ਹੈ ਕਿ ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰ ਰਿਹਾ, ਜਿਹੜਾ ਸਭ ਤੋਂ ਫਰਟਾਈਲ, ਸਭ ਤੋਂ ਉਪਜਾਊ ਧਰਤੀ ਦਾ ਮਾਲਕ ਹੈ। ਸਰ 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 ਸਾਡਾ ਜੀਵਨ ਧਵਨ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਭਾਰਤ ਭੂਸ਼ਣ ਕੌਸ਼ਿਕ ਸਾਹਿਬ ਭਾਜਪਾ ਤੋਂ ਨੇ, ਪ੍ਰਿਤਪਾਲ ਸਿੰਘ ਬਲੀਵਾਲ ਸਾਹਿਬ ਕਾਂਗਰਸ ਦੇ ਆਗੂ ਨੇ, ਔਰ ਕੋਮਲ ਗੰਡੂਰ ਸਿੰਘ ਹੁਣੀ ਪੰਜਾਬ ਏਕਤਾ ਪਾਰਟੀ ਦੇ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਧਵਨ ਸਾਹਿਬ, ਸਭ ਤੋਂ ਪਹਿਲਾਂ ਰਿਐਕਸ਼ਨ ਦਊਂਗਾ, ਸੁਖਬੀਰ ਬਾਦਲ ਨੇ ਕੀ ਕੜੰਗੀ ਪਾਈ ਬੀਜੇਪੀ ਨੂੰ ਪਾਰਲੀਮੈਂਟ 'ਚ, ਐਡਾ ਵੱਡਾ ਭਾਸ਼ਣ, ਮਤਲਬ ਬਹੁਤ ਵੱਡੇ ਨੇ, ਮਤਲਬ ਬਹੁਤ ਵੱਡੇ ਨੇ ਸਾਹਿਬ ਜੀ? ਕੋਈ ਐਸੀ ਗੱਲ ਨਹੀਂ ਹੈ,
ਅਕਾਲੀ ਦਲ ਸ਼ੁਰੂ ਤੋਂ ਹੀ ਪੰਜਾਬ ਦੇ ਮੁੱਦੇ ਚੱਕਦਾ ਰਿਹਾ, ਚਾਹੇ ਉਹ ਪਾਣੀਆਂ ਦੇ ਮੁੱਦੇ ਹੋਣ, ਚਾਹੇ ਪੰਜਾਬੀ ਸਪੀਕਿੰਗ ਏਰੀਆਜ਼ ਹੋਣ, ਜਾਂ ਚੰਡੀਗੜ੍ਹ ਜਿਹੜੀ ਰਾਜਧਾਨੀ ਦੀ ਗੱਲ ਕਰਦੇ ਸੀ। ਸੁਖਬੀਰ ਜੀ ਨੇ ਬਹੁਤ ਕਲੀਅਰ ਕੀਤਾ ਇਹਦੇ ਵਿੱਚ ਕਿ ਬਾਕੀ ਜੇ ਸਾਡੀ ਤੁਸੀਂ ਰਾਜਧਾਨੀ ਦਾ ਜਿਹੜਾ ਰੈਵਨਿਊ ਆ, ਅਗਰ ਉਹ ਸਾਰਾ ਹੀ ਪੰਜਾਬ ਨੂੰ ਮਿਲੇ ਤਾਂ ਪੰਜਾਬ ਦੀ ਹਾਲਾਤ ਚੰਗੇ ਹੋਣ, ਕਿੱਥੇ ਹੋਣ। ਉਹਨਾਂ ਨੇ ਕੰਪੇਅਰ ਕੀਤਾ ਕਿ ਮਹਾਰਾਸ਼ਟਰ ਦੇ ਵਿੱਚੋਂ ਅਗਰ ਬੰਬੇ ਦਾ ਰੈਵਨਿਊ ਕੱਢ ਦਿੱਤਾ ਜਾਵੇ ਤਾਂ ਮਹਾਰਾਸ਼ਟਰ ਦਾ ਰੈਵਨਿਊ ਬਿਲਕੁਲ ਹੀ ਖਤਮ ਹੋ ਜਾਊਗਾ। ਇੱਦਾਂ ਹੀ ਉਹਨਾਂ ਨੇ ਤਾਮਿਲਨਾਡੂ ਤੋਂ ਹੋਰ ਬਾਕੀ ਸਟੇਟਾਂ ਦਾ ਵੀ ਉੱਥੇ ਜ਼ਿਕਰ ਕੀਤਾ। ਜਿਹੜੀ ਗੱਲ ਉਹ ਇਹ ਕਰਦੇ ਆ, ਕੀਤੀ ਉਹਨਾਂ ਨੇ ਪਾਣੀਆਂ ਦੀ, ਅਕਾਲੀ ਦਲ ਦੀ ਸਰਕਾਰ ਦੇ ਵਿੱਚ 2016 ਦੇ ਵਿੱਚ ਮਤਾ ਪਾਸ ਹੋਇਆ ਸੀ ਬਾਦਲ ਸਾਹਿਬ ਦੀ ਸਰਕਾਰ 'ਚ, ਅਗਲੇ ਦਿਨ ਹੀ ਬਿੱਲ ਭੇਜ ਦੇਣਾ ਚਾਹੀਦਾ ਸੀ ਕਿ ਬਿੱਲ ਜਿਹੜੇ ਆ ਉਹ ਪਾਣੀਆਂ ਦੇ ਉੱਤੇ ਲੱਗਣੇ ਚਾਹੀਦੇ ਆ। ਰਿਪੇਰੀਅਨ ਲਾਅ ਕਹਿੰਦਾ ਜਿਹੜੀ ਨਦੀ ਜਿਹੜੇ ਸੂਬੇ, ਮੈਂ ਪੂਰੀ ਗੱਲ ਦੱਸ ਦਿੰਦਾ ਜੀ, ਉਹਦੇ 'ਤੇ ਉਸ ਨਦੀ ਦੇ ਪਾਣੀ 'ਤੇ ਉਸ ਉਹਦਾ ਹੱਕ ਹੈਗਾ। ਰਾਜਸਥਾਨ ਦਾ ਸਾਡੇ ਪੰਜਾਬ ਦੇ ਪਾਣੀਆਂ 'ਤੇ ਕੋਈ ਹੱਕ ਨਹੀਂ ਹੈ। ਅਸੀਂ ਅਗਰ ਪਾਣੀ ਉਸ ਵੇਲੇ ਸਾਡੇ ਕੋਲ ਸਰਪਲਸ ਪਾਣੀ ਗਿਣਿਆ ਜਾਂਦਾ ਸੀ ਜਿਹੜਾ ਅਸੀਂ ਪਾਕਿਸਤਾਨ 'ਚ ਪਾਣੀ ਜਾਂਦਾ ਸੀ, ਉਹ ਬੰਦ ਲਾ ਕੇ ਦਿੱਤਾ। ਅੱਜ ਪੰਜਾਬ ਦੀ ਹਾਲਤ ਆ ਕਿ ਪੰਜਾਬ ਦਾ ਪਾਣੀ ਦਾ ਟੇਬਲ ਵੈਸੇ ਹੀ ਥੱਲੇ ਜਾ ਰਿਹਾ, ਉਹ ਆਪਾਂ ਸਾਰੇ ਜਾਣਦੇ ਹਾਂ, ਉਹ ਠੀਕ ਹੈ। ਸੁਖਬੀਰ ਜੀ ਹੁਣੀ ਇਲੈਕਟ ਹੋ ਕੇ ਗਏ ਹੈ ਜੀ, ਜਾ ਕੇ ਬੀਜੇਪੀ ਕਿੰਨੀ ਖੁਸ਼ ਹੈ ਸੁਖਬੀਰ ਬਾਦਲ ਨੇ ਚੰਡੀਗੜ੍ਹ ਪੰਜਾਬ ਨੂੰ ਮੰਗ ਲਿਆ। ਬੀਜੇਪੀ ਵਾਲੇ ਪੰਜਾਬ ਵਾਲੇ ਕਦੀ ਮੰਗਣਗੇ ਜਾਂ ਦੇਖੋ ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਕੜੰਗੀ ਵਾਲੀ ਗੱਲ ਦਾ ਜਵਾਬ ਦੇ ਦੇਵਾਂ। ਕੜੰਗੀ ਜਿਹੜੀ ਹੈ ਵਿਰੋਧੀ ਨੂੰ ਪਾਈ ਜਾਂਦੀ ਹੈ, ਜਦੋਂ ਆਪਾਂ ਛੂਣ ਛਪਾਟੀ ਖੇਡਦੇ ਹਾਂ ਨਾ, ਉਹਦੇ ਚ ਵਿਰੋਧੀ ਧਿਰ ਦਾ ਜਿਹੜਾ ਹੁੰਦਾ ਉਹਨੂੰ ਕੜੰਗੀ ਪਾਈ ਜਾਂਦੀ ਹੈ, ਨਾ ਕਿ ਆਪਣੇ ਨੂੰ। ਖੇਡ ਚ ਤਾਂ ਆਪਣੇ ਨੂੰ ਵੀ ਪਾ ਲੈਂਦੇ ਨਹੀਂ ਪਾਉਂਦੇ, ਇਸੇ ਕਰਕੇ ਜਿਹੜੀ ਕੜੰਗੀ ਆ ਵਿਰੋਧੀਆਂ ਲਈ ਹੁੰਦੀ ਆ। ਸੁਖਬੀਰ ਬਾਦਲ ਜੀ ਨੇ ਬਹੁਤ ਵਧੀਆ ਮੁੱਦਾ ਚੱਕਿਆ, ਪੰਜਾਬ ਦੇ ਪਿੰਡਾਂ ਨੂੰ ਖਤਮ ਕਰਕੇ ਚੰਡੀਗੜ੍ਹ ਵਸਾਇਆ ਗਿਆ ਸੀ, ਕਿਹਨਾਂ ਤੋਂ ਮੰਗਿਆ ਮੋਦੀ ਸਾਹਿਬ ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣਾ ਚਾਹੀਦਾ ਜਾਂ ਨਹੀਂ? ਯੂਨੀਅਨ ਟੈਰੀਟਰੀ ਹੈ, ਇਸ ਕਰਕੇ ਕੇਂਦਰ ਤੋਂ ਮੰਗਣਾ ਪੜਦਾ ਹੈ। ਪੰਜਾਬ ਦੇ ਪਿੰਡਾਂ ਨੂੰ ਉਠਾ ਕੇ ਚੰਡੀਗੜ੍ਹ ਦੀ ਵਸੋਂ ਕਰਾਈ ਗਈ ਸੀ, ਚੰਡੀਗੜ੍ਹ ਬਣਾਇਆ ਗਿਆ ਸੀ। ਇਸ ਕਰਕੇ ਜਿਹੜਾ ਚੰਡੀਗੜ੍ਹ ਪਿਓਰਲੀ ਪੰਜਾਬ ਦੀ ਮੰਗ ਵੀ ਹੈ, ਪੰਜਾਬ ਦਾ ਹੱਕ ਵੀ ਹੈ, ਪੰਜਾਬ ਦੀ ਰਾਜਧਾਨੀ ਵੀ ਹੈ। ਪੰਜਾਬ ਦੀ ਬੀਜੇਪੀ ਸਮਰਥਨ ਕਰਦੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ? ਬਿਲਕੁਲ ਮਿਲਣਾ ਚਾਹੀਦਾ। ਚਲੋ, ਬੀਜੇਪੀ ਕਦੀ ਮੋਦੀ ਸਾਹਿਬ ਅੱਗੇ ਮੰਗ ਕਰੂਗੀ ਪੰਜਾਬ ਵਾਲੇ? ਉਹ ਤਾਂ ਸਾਡੀ ਕੋਲੀਸ਼ਨ ਪਾਰਟੀ ਕਰਤੀ ਨਾ ਸੁਖਬੀਰ ਜੀ, ਸਾਡੀ ਕੋਲੀਸ਼ਨ ਪਾਰਟੀ ਹੈ, ਕੋਲੀਸ਼ਨ ਪਾਰਟੀ ਦੇ। ਹਾਂਜੀ ਹਾਂਜੀ, ਸਾਡੀ ਪਾਰਟੀ ਬੀਜੇਪੀ ਵਾਲੇ ਕਦੀ ਮੰਗਣਗੇ ਵੀ ਸਾਨੂੰ ਚੰਡੀਗੜ੍ਹ ਦੇ ਦਿਓ? ਜੀ ਸੁਖਬੀਰ ਜੀ ਨੇ ਮੰਗ ਲਿਆ, ਬੀਜੇਪੀ ਨੇ ਮੰਗ ਲਿਆ, ਕੋਈ ਗੱਲ ਹੈ ਜੀ, ਉਹ 'ਚ ਤਾਂ ਕੋਈ ਫਰਕ ਨਹੀਂ ਹੈ। ਸ਼ਵੇਤ ਮਲਿਕ ਮੰਗਣਗੇ ਕਿ ਨਹੀਂ? ਸ਼ਵੇਤ ਮਲਿਕ ਮੰਗਣਗੇ ਹਰ ਰੋਜ਼, ਉਹ ਸਿੱਧੂ ਦੇ ਬਿਆਨ ਦਿੰਦੇ ਆ। ਤੁਹਾਡੇ ਤੁਹਾਡੇ ਤਰੁਣ ਚੁੱਗ ਸਾਹਿਬ ਨੇ ਸਿੱਧੂ ਦੇ ਪੱਤਿਆਂ ਦੀ ਚਿੱਠੀ ਲਿਖੀ, ਆਪਾਂ ਬਾਅਦ ਚ ਗੱਲ ਕਰਦੇ ਆ। ਬਿਲਕੁਲ ਠੀਕ ਹੈ, ਇਸ ਮੰਗ ਤੇ ਬਿਲਕੁਲ ਠੀਕ ਕੀਤਾ ਉਹਨਾਂ ਨੇ, ਚਿੱਠੀ ਲਿਖਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਮੈਂ ਕਹਿੰਦਾ ਦੁਬਾਰਾ ਲਿਖਣੀ ਚਾਹੀਦੀ ਹੈ। ਚਲੋ ਲਿਖਣੀ, ਰੋਜ਼ ਇੱਕ ਚਿੱਠੀ ਲਿਖਣ ਵਾਲਾ ਬੱਤਾ ਸਿੱਧੂ ਜੀ ਫਰਾਰ ਨੇ, ਨਹੀਂ ਸਿੱਧੂ ਬਾਰੇ ਨਹੀਂ, ਚੰਡੀਗੜ੍ਹ ਪੰਜਾਬ ਨੂੰ ਮਿਲਣ ਬਾਰੇ ਚਿੱਠੀ ਲਿਖਣੀ ਚਾਹੀਦੀ ਕਿ ਨਹੀਂ ਤਰੁਣ ਚੁੱਗ ਨੂੰ? ਸਿੱਧੂ ਬਾਰੇ ਤਾਂ ਰੋਜ਼ ਚਿੱਠੀ ਲਿਖੇ ਤਰੁਣ ਚੁੱਗ, ਪੰਜਾਬ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਤਰੁਣ ਚੁੱਗ ਨੂੰ ਚਿੱਠੀ ਲਿਖਣੀ ਚਾਹੀਦੀ ਹੈ। ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਜੀ ਨੇ ਇਸ ਚੀਜ਼ ਦੀ ਮੰਗ ਕਰ ਦਿੱਤੀ, ਇਹ ਗੱਲ ਤੇ ਨਹੀਂ ਆ ਰਹੀ, ਇੱਕ ਮਾਈਂਡ ਮੰਗ ਹੈ। ਤੁਸੀਂ ਕਹਿੰਦੇ ਹੋ ਤਰੁਣ ਚੁੱਗ ਰੋਜ਼ ਚਿੱਠੀ ਲਿਖਣ ਸੀ, ਬਿਲਕੁਲ ਲਿਖਣ ਜੀ, ਚੰਡੀਗੜ੍ਹ ਬਾਰੇ ਕਿਉਂ ਨਾ ਲਿਖਣ? ਚੰਡੀਗੜ੍ਹ ਬਾਰੇ ਸੁਖਬੀਰ ਜੀ ਨੇ ਕਹਿ ਦਿੱਤਾ। ਚਲੋ, ਮਤਲਬ ਤੁਸੀਂ ਬੀਜੇਪੀ ਵਾਲਿਆਂ ਨੇ ਕੁਝ ਨਹੀਂ ਕਰਨਾ, ਚੰਡੀਗੜ੍ਹ ਬਾਰੇ ਪੰਜਾਬ ਨੂੰ ਕੁਝ ਕਰਨਾ ਸੁਖਬੀਰ ਨੇ ਕਰਨਾ। ਚਲੋ ਹਾਂਜੀ, ਤੁਸੀਂ ਕਿਵੇਂ ਵੇਖਦੇ ਹੋ? ਕੈਪਟਨ ਅਮਰਿੰਦਰ ਤੇ ਵੀ ਸਵਾਲ ਖੜੇ ਕਰਤੇ ਸੁਖਬੀਰ ਬਾਦਲ ਨੇ। ਕੈਪਟਨ ਅਮਰਿੰਦਰ ਤੇ ਸਵਾਲ ਇਹ ਖੜਾ ਹੁੰਦਾ, ਸੁਖਬੀਰ ਕਹਿੰਦਾ ਸਾਡੀ ਵਿਧਾਨ ਸਭਾ 'ਚ ਮਤਾ ਪਾਸ ਹੋਇਆ ਸੀ, ਬੈਂਸ ਤੇ ਪਾਣੀ ਦੀਆਂ ਵਿਛਾੜਾਂ ਪਈਆਂ, ਮੁੱਖ ਮੰਤਰੀ ਨੂੰ ਮੰਗ ਪੱਤਰ ਨਹੀਂ ਦੇਣ ਦਿੱਤਾ ਗਿਆ, ਸੁਖਪਾਲ ਖਹਿਰਾ ਵੀ ਮੰਗ ਪਾ ਕਰ ਰਿਹਾ, ਹੁਣ ਤੁਹਾਡੀ ਸਰਕਾਰ ਹੈ ਰਾਜਸਥਾਨ 'ਚ, ਪੰਜਾਬ 'ਚ ਕੈਪਟਨ ਅਮਰਿੰਦਰ ਦੀ ਸਰਕਾਰ ਹੈ, ਕੈਪਟਨ ਅਮਰਿੰਦਰ ਬਿੱਲ ਕਿਉਂ ਨਹੀਂ ਭੇਜਦੇ? ਮਤਾ ਕੈਪਟਨ ਅਮਰਿੰਦਰ ਦੇ ਸਾਰੇ ਸਾਥੀ ਉੱਥੇ ਸੀ ਜਦੋਂ ਮਤਾ ਪਾਸ ਹੋਇਆ ਵਿਧਾਨ ਸਭਾ 'ਚ। ਦੇਖੋ ਜੀ, ਜਿਹੜਾ ਸੁਖਬੀਰ ਬਿੱਲ ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਚਾਹੀਦਾ? ਬਿੱਲ ਤਾਂ ਗੱਲ ਉਹੀ ਆਈ ਹੈ ਨਾ, ਸੁਖਬੀਰ ਨੇ ਆਪਦੀ ਗੱਲਾਂ ਦੇ ਵਿੱਚ ਹੀ ਸੁਖਬੀਰ ਛੱਡ ਦੋ, ਕੈਪਟਨ ਅਮਰਿੰਦਰ ਦਾ ਫਰਜ਼ ਬਣਦਾ ਕਿ ਰਾਜਸਥਾਨ ਨੂੰ ਪਾਣੀਆਂ ਦਾ ਬਿੱਲ ਭੇਜੀਏ ਜਦ ਵਿਧਾਨ ਸਭਾ 'ਚ ਮਤਾ ਪਾਸ ਹੋਇਆ। ਉਹ ਰਾਇਲਟੀ ਤੇ ਜਿਹੜਾ ਰਿਪੇਰੀਅਨ ਲਾਅ ਦੇ ਅਕੋਰਡਿੰਗਲੀ ਹੁਣੇ ਆ ਜਾਣਾ ਸੈਸ਼ਨ ਦੇ ਵਿੱਚ, ਉੱਥੇ ਕਲੀਅਰਟੀ ਆ ਜਾਊਗੀ ਥੋੜੇ ਦਿਨਾਂ ਦੇ ਵਿੱਚ ਕਿ ਬਿੱਲ ਜਾਊਗਾ ਕਿ ਨਹੀਂ ਜਾਊਗਾ। ਉਹਦਾ ਆਪਣੇ ਕਾਂਗਰਸੀ ਕੀ ਮੰਗਦੇ, ਬਿੱਲ ਭੇਜਣਾ ਚਾਹੀਦਾ ਕਿ ਨਹੀਂ? ਕਾਂਗਰਸ ਦੀ ਜੋ ਮੰਗ ਹੋਊਗੀ, ਜੋ ਸਟੈਂਡ ਹੋਊਗਾ, ਉਹ ਕੈਪਟਨ ਅਮਰਿੰਦਰ ਸਿੰਘ ਇਸੇ ਕਰਕੇ ਤੁਸੀਂ 52 ਤੇ ਆਏ ਹੋ ਕਿਉਂਕਿ ਤੁਸੀਂ ਲੋਕਾਂ ਨੂੰ ਸਪਸ਼ਟ ਸੁਨੇਹਾ ਨਹੀਂ ਦੇ ਪਾਏ। ਮੈਂ ਕਹਿ ਦਈ ਅਸੀਂ ਸਪਸ਼ਟ, ਤੁਸੀਂ ਲੋਕਾਂ ਨੂੰ ਸਪਸ਼ਟ ਸਮਝਾ ਨਹੀਂ ਰਹੇ, ਗੋਲਮੋਲ ਦੀ ਰਾਜਨੀਤੀ। ਕੈਪਟਨ ਅਮਰਿੰਦਰ ਸਿੰਘ ਦੀ ਜੁਡੀਡਿਕਸ਼ਨ ਹੈ ਜੀ, ਉਹ ਮੁੱਖ ਮੰਤਰੀ ਆ, ਉਹ ਜਦੋਂ ਇਸ ਗੱਲ ਤੇ ਸਟੇਟਮੈਂਟ ਦੇਣਗੇ ਉਹ ਕਾਂਗਰਸ ਦੀ ਸਟੇਟਮੈਂਟ ਹੋਊਗੀ। ਪਰ ਤੁਹਾਡਾ ਕਾਂਗਰਸ ਦਾ ਵਰਕਰ ਕੀ, ਉਹ ਨਹੀਂ ਚਾਹੁੰਦਾ ਵੀ ਪੰਜਾਬ ਨੂੰ ਰਾਜਸਥਾਨ ਦਾ ਪਾਣੀ ਦਾ ਹੱਕ ਤੇ ਸਾਡਾ ਹੱਕ ਅਸੀਂ ਲਵਾਂਗੇ, ਮਰ ਕੇ ਲੈਣਾ ਪਿਆ ਤਾਂ ਵੀ ਲਵਾਂਗੇ। ਨਹੀਂ, ਮਰਨ ਦੀ ਲੋੜ ਨਹੀਂ, ਬਿੱਲ ਭੇਜੋਗੇ? ਬਿੱਲ ਭੇਜਾਂਗੇ ਜੇ ਸਾਡੇ ਉਹਦੇ ਜੁਡੀਡਿਕਸ਼ਨ ਚ ਆਉਂਦਾ ਹੋਇਆ, ਜੋ ਅਕੋਰਡਿੰਗ ਟੂ ਦੀ ਲਾਅ ਆਫ ਦੀ ਲੈਂਡ ਹੈ। ਜਦੋਂ ਮਤਾ ਮਤੇ ਮਤਾ
मिली भुगत हमेशा ही नजर आ जाती है ਤਵਨ ਸਾਹਿਬ ਨਹੀਂ ਸਿਰਫ ਕਾਂਗਰਸ ਜਾਂ ਬੀਜੇਪੀ ਵੀ ਪੰਜਾਬ ਵਾਲੀ ਜੋੜ ਰਹੇ ਹੋ ਵਿੱਚ ਹੀ ਹੈ ਸਰ ਸਾਰੇ ਇਕੱਠੇ ਨੇ ਇਕੱਠੇ ਨੇ ਕਿਉਂਕਿ ਜੋ ਪੰਜਾਬ ਦੇ ਅੱਜ ਹਾਲਾਤ ਬਣੇ ਆ ਇਹਨਾਂ ਦੀ ਸਾਰੀ ਕਾਰਗੁਜ਼ਾਰੀ ਕਰਕੇ ਹੀ ਹੋਇਆ ਤਵਨ ਸਾਹਿਬ ਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਮਤਾ ਪਾਸ ਹੋਇਆ ਮਤਾ ਠੀਕ ਹੈ 16 ਨਵੰਬਰ 2016 ਨੂੰ ਪਾਸ ਹੋਇਆ ਇਹਨਾਂ ਦੀ 2017 ਤੱਕ ਸਰਕਾਰ ਹੀ ਇਹ ਚਾਹੁੰਦੇ ਤੇ ਆਪਣੀ ਸਰਕਾਰ ਵੇਲੇ ਵੀ ਮਤਾ ਭੇਜ ਸਕਦੇ ਸੀ ਬਿੱਲ ਭੇਜ ਸਕਦੇ ਸੀ ਰਾਇਲਟੀ ਲੈ ਸਕਦੇ ਸੀ ਪਰ ਇਹਨਾਂ ਨੇ ਉਹ ਗਲਤੀ ਕੀਤੀ ਸੁਖਬੀਰ ਕਿਹੜੀ ਚੀਜ਼ ਕਿਹੜੀ ਚੀਜ਼ ਨੇ ਇਹਨਾਂ ਨੂੰ ਰੋਕਿਆ ਉਹ ਕਿਸੇ ਨੂੰ ਨੀ ਪਤਾ ਤੇ ਦੂਜੀ ਗੱਲ ਇਹ ਕਹਿੰਦੇ ਆ ਕਿ ਅਸੀਂ ਪਾਣੀਆਂ ਦਾ ਮੁੱਦਾ ਤੇ ਰਾਜਸਥਾਨੀ ਦਾ ਮੁੱਦਾ ਸ਼ੁਰੂ ਤੋਂ ਚੱਕਦੇ ਰਹੇ ਆ ਬਾਦਲ ਸਾਹਿਬ 5 ਵਾਰੀ ਮੁੱਖ ਮੰਤਰੀ ਬਣੇ ਹਲੇ ਤੱਕ ਮੰਗ ਹੀ ਕਰੀ ਜਾਂਦੇ ਆ ਕੇਂਦਰ ਤੋਂ ਜੇ ਇੰਨਾ ਕਿੰਨੀ ਸਟਰੋਂਗ ਲੀਡਰਸ਼ਿਪ ਹੁੰਦੀ ਇਹਨਾਂ ਦੇ ਸਟਰੋਂਗ ਫੈਸਲੇ ਹੁੰਦੇ ਅੱਜ ਜਿਹੜੀ ਚੰਡੀਗੜ੍ਹ ਹੈ ਅੱਜ ਪੰਜਾਬ ਦਾ ਰਾਸਤਾ ਨਹੀਂ ਹੋਣਾ ਮੈਂ ਜਦੋਂ ਚੰਡੀਗੜ੍ਹ ਜਾਂਦਾ ਦਿਲ ਬੜਾ ਦੁਖਦਾ ਕਿਉਂਕਿ ਉਹ ਸਾਡਾ ਹੋਣਾ ਚਾਹੀਦਾ ਸੀ ਪੰਜਾਬ ਬਿਲਕੁਲ ਸਰ ਇਹ ਸਿਰਫ ਪਤਾ ਕੀ ਹੈ ਸਰ ਹੁਣ ਪਤਾ ਕੀ ਹੈ ਹੁਣ ਇਹ ਜਿਹੜਾ ਨਾ ਜਿਹੜਾ ਪਾਣੀਆਂ ਦਾ ਮੁੱਦਾ ਹੋ ਗਿਆ ਜਾਂ ਚੰਡੀਗੜ੍ਹ ਦਾ ਮੁੱਦਾ ਹੋ ਗਿਆ ਜਾਂ ਆਪਣੀਆਂ ਭਾਸ਼ਾਵਾਂ ਦੇ ਹਲਕੇ ਜਿਹੜੇ ਏਰੀਏ ਨੇ ਉਹਨਾਂ ਦਾ ਮੁੱਦਾ ਹੋ ਗਿਆ ਇਹਨਾਂ ਨੂੰ ਚੱਕਣ ਵਾਲੇ ਕੌਣ ਨੇ ਖਹਿਰਾ ਸਾਹਿਬ ਬੈਂਸ ਜਦੋਂ ਇਹ ਚੀਜ਼ ਹਾਈਲਾਈਟ ਹੋ ਗਿਆ ਮੀਡੀਆ 'ਚ ਇੱਕ TRP ਬਣਨ ਲੱਗ ਗਈ ਕਿ ਹੁਣ ਲੋਕਾਂ ਨੂੰ ਅਵੇਅਰਨੈਸ ਹੋ ਗਈ ਜਾਗਰੂਕ ਹੋ ਗਏ ਲੋਕ ਕਿ ਇਹ ਵੀ ਸਾਡੇ ਸੁਖਬੀਰ ਹਾਈਜੈਕ ਕਰ ਰਿਹਾ ਉਸ ਮੁੱਦੇ ਬਿਲਕੁਲ ਬਿਲਕੁਲ ਸਰ ਉਸ ਚੀਜ਼ ਨੂੰ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਾਣੀ ਸਿਰੋਂ ਟੱਪ ਚੁੱਕਾ ਲੋਕਾਂ ਨੂੰ ਸਮਝ ਆ ਚੁੱਕੀ ਹੈ ਲੋਕਾਂ ਦੇ ਵਿੱਚ ਜਾਗਰੂਕਤਾ ਆ ਚੁੱਕੀ ਹੈ ਇਹਨਾਂ ਨੂੰ ਪਤਾ ਜੇ ਅਸੀਂ ਹੁਣ ਇਹ ਮੁੱਦੇ ਨਹੀਂ ਚੱਕਾਂਗੇ ਤਾਂ ਲੋਕਾਂ ਨੇ ਸਾਨੂੰ ਘਰ ਬਿਠਾ ਦੇਣਾ ਇਹਨਾਂ ਦੀ ਮਜਬੂਰੀ ਬਣ ਚੁੱਕੀ ਹੈ ਇਸ ਵੇਲੇ ਦੁਨੀਆਂ ਤੋਂ ਵਿਦਾ ਲੈ ਗਏ ਤੇ ਉਹ ਮਾਮਲਾ ਵੀ ਜਿਹੜਾ ਰਫਾ ਦਫਾ ਹੋ ਗਿਆ ਮੈਂ ਇੱਕ ਇੱਕ ਕਰਕੇ ਟਿੱਪਣੀ ਲੈਣਾ ਤਵਨ ਸਾਹਿਬ ਪਹਿਲਾਂ ਤੁਹਾਡੀ ਟਿੱਪਣੀ ਗੁਰਨੂਰ ਜੀ ਤੁਹਾਡੀ ਉਮਰ ਹਜੇ ਛੋਟੀ ਆ ਇਸ ਕਰਕੇ ਤੁਸੀਂ ਇਹ ਗੱਲਾਂ ਕਰਦੇ ਹੋ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਹਮੇਸ਼ਾ ਹੀ ਚੰਡੀਗੜ੍ਹ ਦੀ ਰਾਖੀ ਲਈ ਚੰਡੀਗੜ੍ਹ ਲੈਣ ਲਈ ਬਹੁਤ ਜੱਦੋਜਹਿਦ ਕੀਤੀ ਆ ਬਹੁਤ ਧਰਨੇ ਦਿੱਤੇ ਆ ਸਵਾਲ ਹੁਣ ਸੁਖਬੀਰ ਬਾਦਲ ਬੀਜੇਪੀ ਨਾਲ ਅੰਦੋਲਨ ਕਰੂਗਾ ਕੇਂਦਰ ਸਰਕਾਰ ਅੱਗੇ ਸੁਖਬੀਰ ਬਾਦਲ ਸੁਖਬੀਰ ਤਾਂ ਸਰਕਾਰ ਦਾ ਹਿੱਸਾ ਦੇਖੋ ਮੈਂ ਤੁਹਾਨੂੰ ਅੱਜ ਜ਼ਰੂਰਤ ਇਹ ਆ ਹਰ ਪੰਜਾਬੀ ਚਾਹੇ ਕੋਈ ਪਾਰਟੀ ਹੋਵੇ ਚੰਡੀਗੜ੍ਹ ਦੀ ਲੜਾਈ ਲਈ ਉਹਨਾਂ ਨੂੰ ਇੱਕ ਹੋ ਕੇ ਲੜਨੀ ਚਾਹੀਦੀ ਹੈ ਦੇਖੋ ਗੱਲ ਸੁਣੋ ਜੇ ਸੁਖਬੀਰ ਜੀ ਵੀ ਤਾਂ ਉੱਥੇ ਬੈਠੇ ਆ ਉਸੀ ਪਾਰਟੀ ਦੇ ਅਲਾਇੰਸ ਦੇ ਨਾਲ ਹੀ ਅਸੀਂ ਜਿੱਤ ਕੇ ਗਏ ਆ ਮੈਂ ਕਹਿੰਦਾ ਮੋਦੀ ਸਾਹਿਬ ਦੀ ਮੰਤਰੀ ਮੰਡਲ ਦੇ ਵਿੱਚ ਮਤਾ ਕਿਉਂ ਨਹੀਂ ਹੋਣਾ ਇਸ ਕਰਕੇ ਉਹਨੂੰ ਪ੍ਰਾਇਓਰਟੀ ਤੇ ਰੱਖਿਆ ਗਿਆ ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ ਪੰਜਾਬ ਦੀ ਜੇ ਸੁਖਬੀਰ ਜੀ ਨੇ ਮੁੱਦਾ ਚੱਕਿਆ ਤਾਂ ਅਕਾਲੀ ਦਲ ਇਹਦੇ ਲਈ ਚਾਹੇ ਧਰਨੇ ਦੇਣੇ ਪੈਣ ਚਾਹੇ ਲੜਾਈ ਲੜਨੀ ਪਵੇ ਇਹ ਪਾਣੀਆਂ ਲਈ ਤੇ ਅਸੀਂ ਇਸ ਗੱਲ ਨਹੀਂ ਲੜਾਈ ਲੜੋਗੇ ਬੀਜੇਪੀ ਤਾਂ ਕਹੀ ਜਾਂਦੀ ਹੈ ਚੰਡੀਗੜ੍ਹ ਪੰਜਾਬ ਦਾ ਦੇਣਾ ਚਾਹੀਦਾ ਜਦੋਂ 40-60 ਦਾ ਰੌਲਾ ਪਿਆ ਸੀ ਅਫਸਰਾਂ ਦਾ ਉਦੋਂ ਸਾਰੀ ਬੀਜੇਪੀ ਔਰ ਅਕਾਲੀ ਦਲ ਲੀਡਰਸ਼ਿਪ ਗਈ ਸੀ ਮੋਦੀ ਜੀ ਕੋਲੇ ਵੀ ਆਹ ਨਾ ਕੀਤਾ ਜਾਵੇ 40% ਜਿਹੜੇ ਸਾਡੇ ਅਫਸਰ ਹਰਿਆਣੇ ਦੇ ਨੇ 60% ਪੰਜਾਬ ਦੇ ਨੇ ਉਹ ਕੈਡਰ ਬਰਕਰਾਰ ਰੱਖਿਆ ਓਪੋਜੀਸ਼ਨ ਸਾਥ ਦੇਵਾਂਗੇ ਜੇ ਚੰਡੀਗੜ੍ਹ ਇਹਨਾਂ ਕਿਹਾ ਓਪੋਜੀਸ਼ਨ ਕਟਾਈ ਤਾਂ ਇਕੱਠੇ ਉਹਨੂੰ ਤਿਆ ਨਾ ਜੇ ਤਾਂ ਸੱਦੇ ਵੀ ਦੇ ਰਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਦਾ ਜਿਹੜਾ ਪਾਣੀ ਆ ਪੰਜਾਬ ਦਾ ਹੱਕ ਆ ਪੰਜਾਬ ਕੋਲ ਰਹਿਣਾ ਚਾਹੀਦਾ ਅਸੀਂ ਤਾਂ ਕਹਿ ਰਹੇ ਅਸੀਂ ਤਾਂ ਸਾਥ ਦੇਵਾਂਗੇ ਤੁਸੀਂ ਅੱਗੇ ਲੱਗੋ ਅਸੀਂ ਤਾਂ ਪਿੱਛੇ ਲੱਗਣ ਨੂੰ ਵੀ ਤਿਆਰ ਆ ਕੋਈ ਨੀ ਨਜ਼ਰ ਆਉਂਦਾ ਇਹ ਪਤਾ ਨੀ ਕਿਹੜੀਆਂ ਸੁਝਾਅ ਦੀਆਂ ਪਤਾ ਨੀ ਕਿਹੜੀਆਂ ਸਮਝ ਦੀਆਂ ਬੂੰਦਾਂ ਲੋਕਾਂ ਨੂੰ ਪਲਾ ਦਿੰਦੇ ਨੇ ਵੀ ਬੰਦਾ ਸਮਝ ਜਾਂਦਾ ਬੰਦੇ ਨੂੰ ਸਮਝਾ ਦਿੰਦੇ ਮੈਨੂੰ ਨੀ ਸਮਝ ਆਈ
ਮੈਨੂੰ ਅੱਜ ਤੱਕ ਇਹਨਾਂ ਪਾਰਟੀਆਂ ਦੀ ਸਮਝ ਨਹੀਂ ਆਈ। ਇਹ ਕਹਿੰਦੇ ਜੀ ਤੁਸੀਂ ਕਰੋ, ਕੇਜਰੀਵਾਲ ਇਹਨਾਂ ਦੇ ਪੁਰਾਣੇ ਪ੍ਰਧਾਨ, ਇਹ ਆਮ ਆਦਮੀ ਪਾਰਟੀ 'ਚੋਂ ਨਿਕਲੇ ਨੇ ਪੁਰਾਣੇ ਪ੍ਰਧਾਨ ਨੇ, ਕਿਤਨੇ ਦਿਨ ਉਪ ਰਾਜਪਾਲ ਦੇ ਵੇਟਿੰਗ ਰੂਮ 'ਚ ਧਰਨਾ ਲਾਈ ਰੱਖਿਆ, ਆਪਣੀ ਸਰਕਾਰ ਦੇ ਖਿਲਾਫ ਵੀ ਲਾਈ ਰੱਖਿਆ, ਗੱਲਾਂ ਮਾਰਦੇ ਨੇ ਸਾਹਿਬ। ਅਗਰ ਘਰ ਦੇ ਵਿੱਚ ਕਿਸੇ ਬੱਚੇ ਨੂੰ ਆਈਸਕ੍ਰੀਮ ਨਹੀਂ ਮਿਲਦੀ, ਉਹ ਨਿਆਣੇ ਕੋਲ ਲੜਦਾ ਹੀ ਹੈ। ਮੈਂ ਕਹਿੰਦਾ ਜੀ ਆਈਸਕ੍ਰੀਮ ਪੰਜਾਬ ਦੀ ਗੱਲ ਕਰ ਰਹੇ ਜੀ, ਕੌਸ਼ਿਕ ਸਾਹਿਬ ਜੀ, ਆਈਸਕ੍ਰੀਮ ਪਿੱਛੇ ਨਿਆਣਾ ਲਿਟ ਜਾਂਦਾ ਤੇ ਪੰਜਾਬ ਦੇ ਬੀਜੇਪੀ ਵਾਲਿਆਂ ਨੂੰ ਚੰਡੀਗੜ੍ਹ ਪਿੱਛੇ ਤਾਂ ਮੈਂ ਤਾਂ ਬੰਦਾ ਕਿਹਾ ਵੀ ਅਸੀਂ ਧਰਨੇ ਵੀ ਲਾਵਾਂਗੇ, ਸਭ ਕੁਝ ਕਰਾਂਗੇ ਜੋ ਸਾਨੂੰ ਕਰਨ ਦੀ ਲੋੜ ਅਸੀਂ ਕਰਾਂਗੇ। ਤੁਸੀਂ ਡੈਫੀਨਿਟ ਟੈਂਸ 'ਚ ਗੱਲ ਕਰਦੇ ਹੋਗੇ, ਪਰ ਕਦੋਂ ਕਰੋਗੇ? ਇੰਤਜ਼ਾਰ ਤਾਂ ਇਸ ਗੱਲ ਦਾ ਵੀ ਤੁਹਾਡੇ ਹੱਕ 'ਚ ਹੈ, ਤੁਹਾਡੀ ਸਰਕਾਰ ਹੈ। ਮੈਂ ਤਾਂ ਇੱਕ ਗੱਲ ਹੋਰ ਮੈਨੂੰ ਮੈਂ ਤੁਹਾਡੇ ਤੋਂ ਇਹ ਸਵਾਲ ਲੈਣਾ ਹੁਣ ਚੰਡੀਗੜ੍ਹ ਪੰਜਾਬ ਨੂੰ ਦੌਣ ਲਈ ਜੇ ਕੋਈ ਸਾਂਝੇ ਅੰਦੋਲਨ ਦੀ ਲੋੜ ਹੈ, ਕੋਈ ਆਲ ਪਾਰਟੀ ਮੀਟਿੰਗ ਦੀ ਲੋੜ ਹੈ, ਕੀ ਅਕਾਲੀ ਦਲ ਭਾਜਪਾ ਵਾਲੇ ਇਹਨਾਂ ਤੋਂ ਇਹ ਆਸ ਰੱਖਦੇ ਹੋ ਵੀ ਇਹ ਕੇਂਦਰ ਅੱਗੇ ਵੀ ਪ੍ਰੋਟੈਸਟ ਕਰਨਗੇ ਵੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ, ਜਾਂ ਬੀਜੇਪੀ ਆਪਣੀ ਸਮਝ ਨਾਲ ਸੋਚੇ ਕਿ ਅਸੀਂ ਪੰਜਾਬ ਨੂੰ ਦੇ ਦਈਏ ਚੰਡੀਗੜ੍ਹ? ਦੇਖੋ ਜੀ ਜਿਹੜੀ ਗੱਲ ਆ ਮੈਂ ਤਾਂ ਪਿੱਛੇ ਲੈ ਕੇ ਜਾਣਾ ਚਾਹੁੰਦਾ, 10 ਸਾਲ ਚਲੇ ਗਏ ਉੱਥੇ ਸਪੀਚ ਦੇਣ ਲੱਗ ਗਏ ਕਿ ਅੱਧੇ ਪੰਜਾਬ ਨੂੰ ਪਤਾ ਹੀ ਨਾ ਲੱਗੇ, ਉਹ ਦਿੰਦੇ ਸੁਖਬੀਰ ਬਾਦਲ ਦੀ ਉਹ ਪਹਿਲਾਂ ਵੀ ਕਾਫੀ ਹੋਏ ਨੇ, ਉਹ ਜਿੰਨਾ ਦੀ ਚੰਡੀਗੜ੍ਹ ਨਾਲ ਕੰਪੈਰੀਜ਼ਨ ਕਰਦੇ ਨੇ, ਉਹ ਕਹਿੰਦੇ ਉੱਥੇ ਰੈਵਨਿਊ ਜਨਰੇਟ ਹੁੰਦਾ ਕਿ ਇੱਥੋਂ ਚੰਡੀਗੜ੍ਹ ਦਾ ਰੈਵਨਿਊ ਆਊਗਾ। ਚੰਡੀਗੜ੍ਹ ਜਿਹੜਾ ਹੈਗਾ ਉਹ ਰੈਵਨਿਊ ਕੰਜ਼ਿਊਮਿੰਗ ਸਟੇਟ ਆ, ਜਨਰੇਟਿੰਗ ਸਿਟੀ ਨਹੀਂ ਹੈਗਾ। ਜਨਰੇਟਿੰਗ ਸਿਟੀ ਨਹੀਂ, ਨਹੀਂ, ਜਿਹੜੇ ਆਂਕੜੇ ਆਏ ਨੇ ਉਹਨਾਂ ਦੇ ਕੰਪੈਰੀਜ਼ਨ ਨਾ, ਉਹਨਾਂ ਦੇ ਕੰਪੈਰੀਜ਼ਨ 'ਚ ਹੀ ਬਹੁਤ ਫਰਕ ਨੇ, ਪਰ ਜੋ ਇਹ ਮੰਗਾਂ ਕਰਦੇ ਨੇ ਇਹ ਆਪਦੇ ਸਟੈਂਡ ਤੇ ਇੱਕ ਵਾਰ ਨਹੀਂ ਰਹੇ, ਇਹ ਹਰੇਕ ਕੈਪਟਨ ਅਮਰਿੰਦਰ ਚੰਡੀਗੜ੍ਹ ਪੰਜਾਬ ਨੂੰ ਦਵਾਉਣ ਲਈ ਅਸੀਂ ਤਾਂ ਹਰੇਕ ਵਾਰ ਮੰਗਿਆ, ਅਸੀਂ ਤਾਂ ਹੁਣ ਵੀ ਮੰਗਦੇ ਹਾਂ ਤੇ ਅੱਗੇ ਵੀ ਜਾ ਕੇ ਮੰਗਾਂਗੇ। ਕੈਪਟਨ ਅਮਰਿੰਦਰ ਐਡੀ ਜ਼ਰੂਰਤ ਰੱਖਦਾ ਕਿ ਜੇ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਦਾ ਤੇ ਮੈਂ ਅਸਤੀਫਾ ਦੇ ਦੂੰ ਪਾਣੀਆਂ ਤੇ, ਜਿਵੇਂ ਕੀਤਾ ਸੀ। ਸਭ ਕੁਝ ਕਰਨ ਦੀ ਜ਼ਰੂਰਤ ਰੱਖਦਾ, ਹੁਣ ਤਾਂ ਮੋਦੀ ਬੈਠਾ ਉੱਥੇ, ਮੋਦੀ ਸਰਕਾਰ ਹੈ, ਮੋਦੀ ਸਰਕਾਰ ਨੇ ਫੈਸਲਾ ਲੈਣਾ। ਅਸੀਂ ਤਾਂ ਉਹੀ ਤਾਂ ਕਹਿੰਦੇ, ਮਨਮੋਹਨ ਸਿੰਘ ਦੇ ਨੂੰ ਤਿਆਰ ਸੀਗੇ, ਇਹਨਾਂ ਨੇ ਲਿਖਿਆ ਹੀ ਨਹੀਂ, ਉਹਨਾਂ ਨੇ ਕਿਹਾ ਕਿ ਕੋਈ ਕਰੋ ਮੰਗ, ਇਹ ਮੰਗਾਂ ਮੰਗਣਗੇ ਤਾਂ ਕੇਂਦਰ ਦਊ, ਹੁਣ ਮੰਗ ਲਿਆ ਦੇਖ ਲੈਂਦੇ ਹਾਂ। ਮਨਮੋਹਨ ਸਿੰਘ ਰੈਡੀ ਸੀ, ਪ੍ਰਕਾਸ਼ ਸਿੰਘ ਬਾਦਲ ਨੇ ਨੀ ਮੰਗਿਆ ਇੱਕ ਵਾਰ ਵੀ, ਇੱਕ ਲੈਟਰ ਦਿਖਾ ਲੈਣਗੇ ਉਹ ਲਿਖੂਗਾ, ਪਾਰਲੀਮੈਂਟ ਉਹ ਤੋਂ ਬਾਅਦ ਦੀ ਗੱਲ ਆ ਨਾ, ਕੋਈ ਮੰਗ ਰੱਖਣਗੇ। ਕੈਪਟਨ ਸਾਹਿਬ ਨੇ ਜੀ 2002 ਤੋਂ 2007 ਤੱਕ ਰਾਜ ਕੀਤਾ। ਮੈਂ ਇੱਕ ਮਿੰਟ ਰੋਕੂਗਾ, ਇੱਕ ਮਿੰਟ, ਪੰਜਾਬ ਦਾ ਪਾਣੀ ਬੀਬੀ ਇੰਦਰਾ ਗਾਂਧੀ ਨੇ ਇੱਕ ਨੋਟੀਫਿਕੇਸ਼ਨ ਨਾਲ ਵੰਡਤਾ, ਤੁਸੀਂ ਕਹਿੰਦੇ ਹੋ ਮਨਮੋਹਨ ਸਿੰਘ ਕਹਿੰਦਾ ਮੰਗਦਾ ਹੀ ਨਹੀਂ ਸੀ, ਨਹੀਂ ਉਹ ਸਾਰੇ ਪ੍ਰਧਾਨ ਮੰਤਰੀ ਚਾਹੇ, ਪ੍ਰਧਾਨ ਮੰਤਰੀ ਚਾਹੇ ਤਾਂ ਜੋ ਮਰਜ਼ੀ ਹੋ ਸਕਦਾ ਜੀ। ਹਾਂਜੀ, 2002 ਤੋਂ 2007 ਤੱਕ ਕੈਪਟਨ ਸਾਹਿਬ ਦੀ ਸਰਕਾਰ ਲਿਖੀ, ਇਹ ਤਾਂ ਮੇਰਾ ਹਰ ਮਹੀਨੇ ਚਿੱਠੀ ਲਿਖਦੇ ਸੀ ਕਿ ਚੰਡੀਗੜ੍ਹ ਮੰਗਦੇ ਸੀ, 2.5 ਸਾਲ ਤੋਂ ਵੀ ਮੈਨੂੰ ਲੱਗਦਾ ਮੈਂ ਚੰਡੀਗੜ੍ਹ ਦੀ ਗੱਲ ਕਰ ਰਿਹਾ, ਤੁਸੀਂ ਕਹਿੰਦੇ 10 ਸਾਲ, ਉਹ 5 ਸਾਲਾਂ ਤਾਂ ਮੇਰਾ ਖਿਆਲ ਇਹਨਾਂ ਨੇ 500 ਚਿੱਠੀ ਲਿਖੀ, ਇੱਕ ਚਿੱਠੀ ਦਿਖਾ ਲਓ ਜਿਹੜੀ ਹੁਣ 2.5 ਸਾਲਾਂ ਲਿਖੀ, ਜਦ ਵੀ ਕੈਪਟਨ ਸਾਹਿਬ ਚੀਫ ਮਿਨਿਸਟਰ ਰਹੇ ਤਾਂ ਚੰਡੀਗੜ੍ਹ ਦੀ ਡਿਮਾਂਡ ਹੋਈ ਆ ਕਾਂਗਰਸ ਵੱਲੋਂ। ਉਹ ਪਹਿਲਾਂ ਇਹ ਕਹਿੰਦੀ ਆ, ਦੇਖੋ ਗੱਲ ਸੁਣੋ, ਪਹਿਲਾਂ ਫੈਕਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਉੱਥੇ ਗੱਲ ਕਰੋ, ਐਵੇਂ ਕਹਿੰਦੇ ਤੁਸੀਂ ਕਾਂਗਰਸ ਡਿਮਾਂਡ ਕਰਦੀ ਰਹੀ ਹੈ ਚੰਡੀਗੜ੍ਹ ਦੀ, ਮੈਨੂੰ ਦੱਸੋ ਤੁਸੀਂ 5 ਸਾਲ ਤੋਂ ਰਾਜ ਕੀਤਾ, 2.5 ਸਾਲ ਹੁਣ ਹੋ ਚੁੱਕੇ, ਕਿ ਕਿਸ ਦਿਨ ਤੁਸੀਂ ਡਿਮਾਂਡ ਕੀਤੀ ਆ? ਤੁਸੀਂ ਕਾਂਗਰਸ ਦੇ ਅੱਜ ਤੱਕ ਕਾਂਗਰਸ ਨੇ ਹੀ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾਇਆ, ਅਕਾਲੀ ਦਲ ਦੀ ਡਿਮਾਂਡ ਆ, ਕਾਂਗਰਸ ਨੇ ਤਾਂ ਜੇ ਹੱਕ ਜਿਹੜਾ ਸੀ ਪੰਜਾਬ ਦਾ ਪੰਜਾਬੀਆਂ ਤੋਂ ਖੋਇਆ, ਤਾਂ ਚੰਡੀਗੜ੍ਹ ਜਾ ਕੇ ਯੂਨੀਅਨ ਟੈਰੀਟਰੀ ਬਣਿਆ। ਅਗਰ ਕਾਂਗਰਸ ਦੀ ਸਰਕਾਰ ਚਾਹੁੰਦੀ ਉਸ ਵੇਲੇ ਦੇ ਦਿੰਦੀ ਚੰਡੀਗੜ੍ਹ। ਦੱਸੋ ਧਰਮ ਸਾਹਿਬ, ਮੋਦੀ ਸਾਹਿਬ ਤੋਂ ਆਸ ਹੈ ਵੀ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਗੇ, ਪੰਜਾਬ ਦਾ ਪਾਣੀਆਂ ਦੀ ਰਾਇਲਟੀ ਵਸੂਲਣ 'ਚ ਸਾਡੀ ਮਦਦ ਕਰਨਗੇ, ਜਿਹੜਾ ਸਾਡਾ ਸਰਹੱਦੀ ਇਲਾਕਾ, 17,000 ਕਿਸਾਨ ਜਿਹੜੇ ਨੇ ਉਹ ਸਰਹੱਦਾਂ ਤੋਂ ਪਾਰ ਜਾ ਕੇ ਕੰਡਿਆਲੀ ਤਾਰ ਤੋਂ ਉਹਨਾਂ ਦੀਆਂ ਜ਼ਮੀਨਾਂ ਆਉਂਦੀਆਂ ਨੇ, ਉਹਨਾਂ ਨੂੰ ਖੇਤੀ ਕਰਨੀਆਂ ਚਾਹੀਦੀਆਂ। ਕੀ ਮੋਦੀ ਸਾਹਿਬ ਦੇ ਦੇਣਗੇ ਸਾਰਾ ਕੁਛ ਪੰਜਾਬ ਨੂੰ ਲੱਗਦਾ? ਦੱਲਾ ਸਾਹਿਬ, 101% ਚੰਡੀਗੜ੍ਹ ਪੰਜਾਬ ਨੂੰ ਅਕਾਲੀ ਦਲ ਦਵਾ ਕੇ ਰਹੂਗਾ, ਔਰ ਜਿਹੜਾ ਪਾਣੀਆਂ ਦੀ ਰਾਇਲਟੀ ਵਾਲੀ ਗੱਲ ਆ, ਇਹਦੇ ਲਈ ਵੀ ਅਸੀਂ ਪੂਰੀ ਲੜਾਈ ਲੜਾਂਗੇ ਔਰ ਲੈ ਕੇ ਰੱਖਾਂਗੇ। ਡੱਲਾ ਜੀ, 15 ਸੈਕਿੰਡ ਜੀ,
ਇਹ ਚਾਂਦੀ ਦੀਆਂ ਕਹੀਆਂ ਦੇ ਕੇ ਲੱਡੂ ਵੰਡਣ ਵਾਲੇ ਬਿੱਲ ਕਿਹੜੇ ਜਿਗਰੇ ਨਾਲ ਭੇਜਣਗੇ ਮੈਨੂੰ ਸਮਝਾ ਦੇਣ ਜ਼ਰਾ। ਇਹ ਕੈਪਟਨ ਸਾਹਿਬ ਦੀਆਂ ਗੱਲਾਂ ਕਰਦੇ ਨੇ, ਪਾਣੀਆਂ ਦਾ ਰਾਖਾ, ਪਾਣੀਆਂ ਦਾ ਰਾਖਾ, ਬਿੱਲ ਭੇਜ ਵੀ ਅਸੀਂ ਪਾਣੀ ਦਾ ਰੱਖ ਮੰਨਣ ਨੂੰ ਤਿਆਰ ਹੈ। ਹਾਂਜੀ ਇਹ ਸਰ ਅੱਜ ਬੜੇ ਰਖਵਾਲੇ ਬਣ ਰਹੇ ਨੇ, ਅਕਾਲੀ ਦਲ ਵੀ ਤੇ ਕਾਂਗਰਸ ਵੀ। ਜਦੋਂ ਵਿਧਾਨ ਸਭਾ ਚ ਖਹਿਰਾ ਸਾਹਿਬ ਤੇ ਬਹਿਣ ਸਾਹਿਬ ਨੇ ਇਸ ਚੀਜ਼ ਦਾ ਮੁੱਦਾ ਚੱਕਿਆ ਬੜੇ ਜੋਸ਼ ਨਾਲ, ਪੂਰੀ ਬੁਲੰਦ ਆਵਾਜ਼ ਨਾਲ, ਮਾਰਸ਼ਲ ਸੱਦ ਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਕਹਿੰਦੇ ਵੀ ਪਾਣੀ ਦੇ ਰਖਵਾਲੇ ਆ। ਉਹ ਮੁੱਦੇ ਚੱਕਦੇ ਪਏ ਸੀ ਤੇ ਉਹਨਾਂ ਨੇ ਕਿਹੜਾ ਕੋਈ ਏਦਾਂ ਦਾ ਗੈਰ ਮੁੱਦਾ ਚੱਕ ਲਿਆ ਜਿਹੜਾ ਉਹ ਪੰਜਾਬ ਦੇ ਖਿਲਾਫ ਨਹੀਂ। ਗੈਸ ਦੇ ਮੁੱਦੇ ਤੋਂ ਬਾਅਦ ਹੀ ਗੱਲ ਬਣੀ ਸੀ ਸਰ, ਗੈਸ ਦੇ ਮੁੱਦੇ ਤੋਂ ਬਾਅਦ ਗੱਲ ਬਣੀ ਸੀ। ਮੈਂ ਉਹਨਾਂ ਨੇ ਬੜੇ ਧਰਨੇ ਪਾਏ। ਮੈਂ ਇੱਕ ਸਵਾਲ ਹੋਰ ਲੈ ਲਾਂ। ਹਾਂ ਅੱਜ ਸੁਪਰੀਮ ਕੋਰਟ ਨੇ ਵੀ ਕਹਿਤਾ ਤਵਨ ਸਾਹਿਬ ਕਿ ਕੇਂਦਰ ਸਰਕਾਰ, ਪੰਜਾਬ ਤੇ ਹਰਿਆਣਾ ਦੀ ਸਰਕਾਰ ਇਕੱਠੇ ਬੈਠ ਕੇ ਗੱਲ ਕਰਨ, ਐਸ ਵਾਈ ਐਲ ਦਾ ਮਸਲਾ ਨਿਬੇੜ ਲੈਣ ਮਿਲ ਬੈਠ ਕੇ, ਨਹੀਂ ਤਾਂ ਫਿਰ ਅਸੀਂ ਫੈਸਲਾ ਲਾਗੂ ਕਰਾਵਾਂਗੇ। ਹੁਣ ਤੁਹਾਨੂੰ ਲੱਗਦਾ ਮੋਦੀ ਸਾਹਿਬ ਹਰਿਆਣੇ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਐਸ ਵਾਈ ਐਲ ਤੇ ਇਕੱਠੇ ਬਹਿ ਕੇ ਇਸ ਮਸਲੇ ਨੂੰ ਨਿਬੇੜ ਸਕਦੇ ਨੇ? ਦੇਖੋ ਜੀ, ਜਿਸ ਸੁਪਰੀਮ ਕੋਰਟ ਨੇ ਕਿਹਾ, ਕਿਉਂਕਿ ਮੈਟਰ ਸਬ ਜੁਡਾਈਸ ਆ ਜੀ, ਮੈਟਰ ਸੁਪਰੀਮ ਕੋਰਟ ਚ ਆ, ਸੁਪਰੀਮ ਕੋਰਟ ਨੇ ਜਿਹੜੀਆਂ ਨਹੀਂ, ਸੁਪਰੀਮ ਕੋਰਟ ਦੇ ਤਾਂ ਫੈਸਲੇ ਸਰਕਾਰ ਨਹੀਂ ਮੰਨ ਰਹੀ, ਤਾਂ ਹੀ ਤਾਂ ਦਿੱਕਤ ਆ ਰਹੀ। ਨਹੀਂ ਨਹੀਂ, ਸੁਪਰੀਮ ਕੋਰਟ ਦਾ ਫੈਸਲਾ ਮੰਨਿਆ ਜਾਂਦਾ ਤੇ ਕੰਮ ਦਾ ਕੱਲ ਦਾ ਕੰਮ ਕਦੇ ਨਹੀਂ ਹੁੰਦਾ ਕਿ ਸੁਪਰੀਮ ਕੋਰਟ ਸੁਪਰੀਮ ਕੋਰਟ ਕਹਿ ਚੁੱਕੀ ਹੈ ਨਹਿਰ ਬਣਾਓ ਤੇ ਨਹਿਰ ਤਾਂ ਖਤਮ ਹੋ ਗਈ ਪੰਜਾਬ ਚ ਨੋਟੀਫਿਕੇਸ਼ਨ ਦਾ। ਨਹੀਂ ਕਿਤੇ ਨਹਿਰ ਤਾਂ ਦੇਖੋ ਜੀ, ਹੁਣ ਜਿਹੜਾ ਮਸਲਾ ਸੀ ਅਜੇ, ਜੇ ਫੈਸਲਾ ਸਹੀ ਆ ਜਾਏ, ਸੁਪਰੀਮ ਕੋਰਟ ਨੇ ਫੈਸਲਾ ਦੇਣਾ ਨਾ, ਪੰਜਾਬ ਦੇ ਖਿਲਾਫ਼ ਜੇ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਗਿਆ ਪਾਣੀਆਂ ਦਾ, ਅਸੀਂ ਨਹੀਂ ਮੰਨਣਾ। ਅਸੀਂ ਤਾਂ ਨਹੀਂ ਮੰਨਣਾ, ਅਸੀਂ ਮੈਂ ਤੁਹਾਨੂੰ ਕਹਿੰਦਾ ਅਕਾਲੀ ਦਲ ਨਹੀਂ ਕਦੀ ਮੰਨੂਗਾ, ਅਕਾਲੀ ਦਲ ਪੰਜਾਬ ਦੇ ਪਾਣੀ ਦੀ। ਅਗਰ ਸੁਪਰੀਮ ਕੋਰਟ ਸਾਡੇ ਅਗੇਂਸਟ ਜਾਂਦਾ ਪੰਜਾਬ ਦੇ, ਅੱਜ ਕਿਉਂ ਅੱਜ ਜਿਹੜੀ ਸਿਚੁਏਸ਼ਨ ਹੈ ਜੀ, ਜਦ ਪੰਜਾਬ ਦਾ ਜਿਹੜਾ ਪਾਣੀ ਆ ਉਹ ਟੇਬਲ ਬਿਲਕੁਲ ਥੱਲੇ ਜਾ ਚੁੱਕਾ, ਆਉਣ ਵਾਲੇ ਟਾਈਮ ਅਸੀਂ ਅਕਾਲੀ ਦਲ ਪੰਜਾਬ ਨੂੰ ਬੰਜਰ ਨਹੀਂ ਹੋਣ ਦਊਗਾ ਜੀ। ਅਕਾਲੀ ਦਲ ਤੂੰ ਹਰ ਜਿੱਥੇ ਤੱਕ ਲੜਾਈ ਲੜਨੀ ਪਈ ਪੂਰੀ ਲੜਾਈ ਲੜਾ, ਚਲੋ ਬੰਜਰ ਨਹੀਂ ਹੋਣ ਦਊਗਾ, ਜ਼ਮੀਨ ਦਾ ਪਾਣੀ ਰੀਚਾਰਜ ਕਰਨਾ ਬੜਾ ਜ਼ਰੂਰੀ ਹੈ। ਹਾਂਜੀ ਮੋਦੀ ਸਾਹਿਬ ਨੂੰ ਚਾਹੀਦਾ, ਮੋਦੀ ਸਾਹਿਬ ਬੜੇ ਬੜੇ ਮਸਲੇ ਨਿਬੇੜਦੇ ਨੇ, ਕਹਿੰਦੇ ਆ ਜੰਮੂ ਕਸ਼ਮੀਰ ਵਾਲਾ ਅਮਿਤ ਸ਼ਾਹ ਨਿਬੇੜ ਰਹੇ ਨੇ, ਕੀ ਮੋਦੀ ਸਾਹਿਬ ਤੋਂ ਕਦੀ ਪੰਜਾਬ ਬੀਜੇਪੀ ਵਾਲੇ ਮੰਗ ਕਰਨਗੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸੱਦ ਲਓ, ਮੋਦੀ ਸਾਹਿਬ ਹਰਿਆਣੇ ਵਾਲੇ ਨੂੰ ਵੀ ਸੱਦ ਲਓ, ਇੱਕ ਸਾਂਝੀ ਮੀਟਿੰਗ ਹੀ ਕਰ ਲਓ? ਮੋਦੀ ਸਾਹਿਬ ਦਾ ਦਬਦਬਾ ਬੜਾ, ਜੇ ਕੈਪਟਨ ਅਮਰਿੰਦਰ ਨੂੰ ਵੀ ਸੱਦ ਲਿਆ ਮੋਦੀ ਨੇ ਤੇ ਇੱਕ ਪਾਸੇ ਮਨੋਹਰ ਲਾਲ ਖੱਟਰ ਹੋਏ, ਮੈਨੂੰ ਨਹੀਂ ਲੱਗਦਾ ਕਿ ਇਹ ਦੋਨੇ ਮੁੱਖ ਮੰਤਰੀ ਮੋਦੀ ਦੀ ਗੱਲ ਮੋੜ ਦੇਣਗੇ, ਕੋਈ ਵਿਚਦਾਰਾ ਨਿਕਲ ਸਕਦਾ? ਕਦੀ ਮੰਗ ਕਰੋਗੇ ਵੀ ਖੱਟਰ ਸਾਹਿਬ ਵੀ ਜਾਣ ਤੇ ਸੱਦਣ ਮੋਦੀ ਸਾਹਿਬ ਸਾਰਿਆਂ ਨੂੰ? ਹਰਿਆਣੇ ਦਾ ਵੈਸੇ ਇਲੈਕਸ਼ਨ ਹੈ ਜੀ, ਅਕਤੂਬਰ ਤੋਂ ਬਾਅਦ ਨਵੀਂ ਸਰਕਾਰ ਵਿਚਾਰਿਆ ਜਾਏਗਾ, ਇਹਨਾਂ ਨੇ ਮਾਰਸ਼ਲਾਂ ਦੀ ਗੱਲ ਕੀਤੀ, ਇਲੈਕਸ਼ਨ ਹੈ ਤੇ ਕੁਝ ਨਹੀਂ ਹੋ ਸਕਦਾ। ਨਹੀਂ, ਮੈਂ ਇਹਨਾਂ ਨੂੰ ਦੱਸਦਾ ਜੀ, ਇਹਨਾਂ ਨੇ ਖਹਿਰਾ ਸਾਹਿਬ ਵਾਸਤੇ ਮਾਰਸ਼ਲਾਂ ਦੀ ਗੱਲ ਕੀਤੀ ਵੀ ਚੱਕ ਕੇ ਬਾਹਰ ਛੱਟਿਆ, ਕਿਆ ਬੈਂਸ ਨੂੰ ਜਿਹੜਾ ਮਤਾ ਲਿਆਂਦਾ ਉਹਦੀ ਗੱਲ ਕਰਦੇ, ਮਤਾ ਕਿਆ ਕਿਆ ਖਹਿਰਾ ਸਾਹਿਬ ਫਿਰ ਉੱਥੇ ਵਿਧਾਨ ਸਭਾ ਦੇ ਵਿੱਚ ਹੱਥ ਝੱਤ ਰੱਖ ਕੇ ਅਪੋਲੋਜੀ ਫੀਲ ਕਰ ਰਹੇ ਸੀ ਵੀ ਸਾਡੇ ਕੋਲ ਗਲਤੀ ਹੋ ਗਈ, ਸਾਨੂੰ ਮਾਫ ਕਰ ਦਿਓ? ਹਾਂਜੀ ਪ੍ਰਿੰਸੀਪਲ ਜੀ, ਕੈਪਟਨ ਅਮਰਿੰਦਰ ਅਪੀਲ ਕਰਨਗੇ ਖੁਦ ਮੋਦੀ ਸਾਹਿਬ ਨੂੰ ਵੀ ਤੁਸੀਂ ਮੀਟਿੰਗ ਸੱਦੋ ਜੀ, ਮੈਂ ਉਹਨੂੰ ਤਿਆਰ ਹਾਂ, ਕੈਪਟਨ ਅਮਰਿੰਦਰ ਦਾ ਫਰਜ਼ ਬਣਦਾ ਇਹ ਗੱਲ ਕਹਿਣ ਦਾ? ਨਹੀਂ, ਕੈਪਟਨ ਅਮਰਿੰਦਰ ਸਾਹਿਬ ਮੈਂ ਪਿਛਲੇ ਨਵੰਬਰ 'ਚ ਵੀ ਮੀਟਿੰਗ ਕੀਤੀ ਹੈ, ਬੁਲਾਇਆ ਸਾਰਿਆਂ ਨੂੰ ਜੇ ਆਪਾਂ ਇਸ ਚੀਜ਼ ਦਾ ਹੱਲ ਕੱਢੀਏ ਜੀ, ਜਿਹੜਾ ਸਾਡਾ ਹੱਕ ਬਣਦਾ ਹੁਣ ਅੱਜ ਵੀ ਕੀ ਕਹਿੰਦੇ ਆ ਜਿਹੜੇ ਬਾਰਡਰ ਏਰੀਆ ਦੇ ਲਈ ਆ, ਪ੍ਰਧਾਨ ਮੰਤਰੀ ਦੀ ਅਗਵਾਈ 'ਚ ਨਹੀਂ ਹੋਈ, ਪਰ ਸਾਰੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀ ਮਸਲਾ ਸੁਪਰੀਮ ਕੋਰਟ ਕਹਿੰਦੀ ਕੇਂਦਰ ਤੇ ਦੋਨੇ ਸੂਬੇ ਮਿਲ ਬੈਠ ਕੇ ਨਿਬੇੜੋ, ਸੂਬਿਆਂ ਦਾ ਮਤਲਬ ਮੇਰੀ ਨਜ਼ਰ 'ਚ ਮੁੱਖ ਮੰਤਰੀ ਹੈ, ਕੇਂਦਰ ਦਾ ਮਤਲਬ ਮੇਰੀ ਨਜ਼ਰ 'ਚ ਮੋਦੀ ਹੈ ਪ੍ਰਧਾਨ। ਮੋਦੀ ਤੋਂ ਬਾਅਦ ਕੀ ਕੋਈ ਅਜਿਹਾ ਲੀਡਰ ਹੈ ਦੇਸ਼ 'ਚ ਜਿਹੜਾ ਫੈਸਲਾ ਕਰ ਲੂਗਾ ਇਸ ਵਾਰੀ ਹੱਲ ਤੋਂ? ਸਿਰਫ ਮੋਦੀ ਕਰ ਸਕਦਾ, ਭਾਰਤੀ ਦੀ ਉਹਦੇ ਜਲ ਮਿਨਿਸਟਰ ਸੀਗੇ, ਅਸੀਂ ਜਿਹੜਾ ਮਰਜ਼ੀ ਬੁਲਾਇਆ ਸੀ ਜਲ ਬੀਬੀ ਜੀ ਨੇ ਕਿੰਨਾ ਸਾਫ਼ ਕਰਤਾ, ਸਾਨੂੰ ਪਤਾ ਗੱਲ ਤਾਂ ਮੋਦੀ ਦੀ ਹੈ, ਪ੍ਰਧਾਨ ਮੰਤਰੀ ਜੀ ਨੂੰ ਤਾਂ ਅਸੀਂ ਸਵੇਰੇ ਚਿੱਠੀ ਲਿਖਣ ਨੂੰ ਤਿਆਰ ਹਾਂ, ਉਹ ਗਲਤਾਂ ਕਰਨ ਸਟੈਂਡ 'ਤੇ ਤਾਂ ਉਹਨਾਂ ਦਾ ਪਤਾ ਹੀ ਨਹੀਂ ਹੈਗਾ ਕੀ ਹੈ। ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਜਦੋਂ ਆਪਾਂ ਕਿਸੇ ਬੰਦੇ ਨੂੰ ਵਿੱਚ ਪਾਉਣ ਦੀ ਗੱਲ ਕਰਦੇ ਹਾਂ, ਪਰ ਉਹ ਹੁੰਦਾ ਡਿਲੇ, ਕਿਸੇ ਕੰਮ ਨੂੰ ਡਿਲੇ ਕਰਨਾ, ਇਹ ਜਿਹੜੀ ਸੂਬੇ ਇਕੱਠੇ ਹੋ ਨਹੀਂ ਸਕਦੇ, ਪੰਜਾਬ ਤੇ ਹਰਿਆਣਾ ਪ੍ਰਧਾਨ ਮੰਤਰੀ ਦੇ ਦਖਲ ਬਿਨਾਂ ਇਕੱਠਾ ਨਹੀਂ ਹੋ ਸਕਦਾ। ਤਿੰਨ ਲਿਸਟਾਂ ਹੁੰਦੀਆਂ, ਇੱਕ ਹੁੰਦੀ ਹੈ ਕੰਕਰੈਂਟ ਲਿਸਟ, ਇੱਕ ਹੁੰਦੀ ਹੈ ਸੈਂਟਰ ਕੋਲ ਪਾਵਰ ਹੁੰਦੀ, ਇੱਕ ਹੁੰਦੀ ਹੈ ਸਟੇਟ ਦੀ, ਜਿਹੜੀ ਹਾਈਡਲ ਪਾਵਰ ਹੈ ਨਾ ਉਹ ਸਟੇਟ ਦੇ ਅੰਡਰ ਹੈ, ਜੇ ਪੰਜਾਬ ਦਾ ਪਾਵਰ ਦਾ ਸਾਰਾ ਕੰਟਰੋਲ ਕੇਂਦਰ ਕੋਲੇ ਹੈ, ਗਰੂਰ ਜੀ ਕੇਂਦਰ ਕੋਲੇ ਹੈ, ਪੰਜਾਬ ਕੋਲੇ। ਮੈਂ ਇਹ ਕਹਿੰਦਾ ਜੇ ਪੰਜਾਬ ਦੀ ਸਰਕਾਰ ਚਾਹੇ ਤਾਂ ਆਪਣੇ ਪਾਣੀਆਂ ਦਾ ਹੱਕ ਰਾਤੋਂ ਰਾਤ ਲੈ ਸਕਦੀ ਹੈ। ਏਦਾਂ ਦੇ ਡਿਸਪਿਊਟ ਚੱਲ ਰਿਹਾ ਸੀ, ਕਾਵੇਰੀ ਵਾਟਰ ਡਿਸਪਿਊਟ ਕਰਨਾਟਕਾ ਤੇ ਤਾਮਿਲਨਾਡੂ ਦਾ, ਉਹਦੇ 'ਚ ਸੁਪਰੀਮ ਕੋਰਟ ਦਾ ਫੈਸਲਾ ਖਿਲਾਫ ਆਇਆ ਸੀ ਕਰਨਾਟਕਾ ਦੇ ਖਿਲਾਫ, ਪਰ ਉਹਨਾਂ ਨੇ ਆਪਣੀ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਪਾਣੀ ਰੋਕ ਲਿਆ। ਇਹ ਹੁੰਦੀ ਹੈ ਪਾਵਰ ਵਿਧਾਨ ਸਭਾ ਦੀ, ਉੱਥੇ ਸੀ ਚੰਗੇ ਸੂਬੇ
ਤੁਸੀਂ ਗੱਲ ਮੈਂ ਪ੍ਰਤੀ ਪਿਆਰ ਕਰਨ ਵਾਲੇ ਉੱਤੇ ਸੀ, ਪਰ ਜਿਹੜੇ ਸਾਡੇ ਅਨਫੋਰਚੂਨੇਟਲੀ ਜਿਹੜੇ ਪੰਜਾਬ ਦੇ ਲੀਡਰ ਆਏ ਆ ਹੁਣ ਤੱਕ, ਸਾਰਾ ਆਪਣੀ ਕੁਰਸੀ ਨੂੰ ਪਿਆਰ ਕਰਨ ਵਾਸਤੇ ਆਇਆ, ਪੰਜਾਬ ਨੂੰ ਪਿਆਰ ਕਰਨ ਵਾਲਾ ਬੋਲੇ ਆ ਨਹੀਂ ਰੈਲੇਵੈਂਟ ਉਦਾਹਰਨ ਨਹੀਂ ਤੁਸੀਂ ਦੇ ਸਕੇ, ਥੋੜਾ ਜਿਹਾ ਕਮ ਹੀ ਰਹਿ ਗਈ। ਹਾਂਜੀ ਦੇਖੋ, ਇਹ ਕਹਿੰਦੇ ਪੰਜਾਬ ਦੇ ਵਿੱਚ ਮਤਾ ਪਾਸ, ਅਸੀਂ ਵੀ ਮਤਾ ਪਾਸ ਕਰਕੇ ਪੰਜਾਬ ਦਾ ਐਸਓਆਰ ਦੀ ਜਿਹੜੀ ਜ਼ਮੀਨ ਸੀਗੀ ਉਹ ਜੱਟਾਂ ਨੂੰ ਜਿਹੜੇ ਜ਼ਿਮੀਦਾਰ ਨੂੰ ਵਾਪਸ ਕਰ ਦਿੱਤੀ, ਨੋਟੀਫਾਈ ਕਰਤੀ ਅਸੀਂ, ਨੋਟੀਫਾਈ ਕਰਤੀ ਜੇ ਪੰਜਾਬ ਜੇ ਅਕਾਲੀ ਦਲ ਤੇ ਬੀਜੇਪੀ। ਅਗਲੇ ਸਵਾਲ ਤੇ ਆਓ ਜੀ, ਕੀ ਸੁਖਬੀਰ ਬਾਦਲ ਦੀ ਇਸ ਮੰਗ ਪਿੱਛੇ ਕੋਈ ਨਵੇਂ ਰਾਜਨੀਤਿਕ ਸਮੀਕਰਨ ਬਣਦੇ ਤਾਂ ਨਹੀਂ ਨਜ਼ਰ ਆ ਰਹੇ ਵੀ ਕੱਲ ਨੂੰ ਸੁਖਬੀਰ ਬਾਦਲ ਅੰਦੋਲਨ ਕਰਨ ਵੀ ਸਾਨੂੰ ਚੰਡੀਗੜ੍ਹ ਦੇ ਦਿਓ, ਤੇ ਇਹ ਗੱਲ ਤੁਰ ਜੇ ਵੀ ਹਰਿਆਣੇ ਨੂੰ ਜਿਹੜਾ ਪਾਣੀ ਦੇਣਾ ਜੀ ਐਸਵਾਈਐਲ ਤੋਂ ਤਾਂ ਮਿਲ ਨਹੀਂ ਸਕਦਾ, ਹਿਮਾਚਲ ਤੋਂ ਸਿੱਧੀ ਨਹਿਰ ਹਰਿਆਣੇ ਨੂੰ ਪਾ ਦਿਓ, ਇਹ ਤਾਂ ਗੱਲਾਂ ਪਹਿਲਾਂ ਹੋਈਆਂ ਨੇ ਕਿ ਹਿਮਾਚਲ ਤੋਂ ਸਿੱਧਾ ਹਰਿਆਣੇ ਨੂੰ ਪਾਣੀ ਜਾ ਸਕਦਾ। ਇਹ ਅਕਾਲੀ ਦਲ ਨੇ ਤਿਆਰ ਹੋ ਰਿਹਾ, ਅਕਾਲੀ ਦਲ ਨੇ ਨਾਗਰੀਏ ਦੀ ਡਿਮਾਂਡ ਕੀਤੀ ਆ ਕਿ ਪਾਣੀ ਦੀ, ਅਸੀਂ ਜਿਹੜੀ ਕਹਿੰਦੇ ਸਾਡਾ ਪਾਣੀ ਸਾਰੇ ਕੋਲ ਰਹਿਣ ਦਿਓ, ਇਹ ਅਸੀਂ ਹਰਿਆਣੇ ਦੀ ਕਈ ਧਿਰਾਂ ਨੇ ਮੰਗ ਕਰਦੀਆਂ ਨੇ, ਇੱਕ ਚਲੋ ਹਰਿਆਣੇ ਵਾਲਿਆਂ ਦੀ ਡਿਮਾਂਡ ਹੋ ਸਕਦੀ ਆ, ਖੰਨੇ ਦੇ ਵਿੱਚ ਇਹ ਗੱਲ ਕਹਿ ਕੇ ਗਏ ਨੇ ਕਿ ਅਸੀਂ ਸਿੱਧੀ ਹਿਮਾਚਲ ਤੋਂ ਨਹਿਰ ਦੇਣ ਲੱਗੇ ਆ ਹਰਿਆਣੇ ਨੂੰ ਜੀ, ਆ ਖੰਨੇ ਦੀ ਸਟੇਜ ਤੇ ਕਹਿ ਕੇ ਗਏ ਹੁਣ ਰੀਸੈਂਟ ਇਲੈਕਸ਼ਨ ਦੇ, ਉਹਨਾਂ ਨੇ ਇਹ ਨਹੀਂ ਕਿਹਾ ਹੋਣਾ ਦੇਣ ਲੱਗੇ ਆ, ਉਹਨਾਂ ਨੇ ਕਿਹਾ ਹੋਣਾ ਅਸੀਂ ਸੋਚ ਪ੍ਰਪੋਜ਼ਲ ਹੈ, ਪ੍ਰਪੋਜ਼ਲ ਆ ਉਹਨਾਂ ਨੇ ਕਿਹਾ ਵਰਕਆਊਟ ਹੋ ਰਿਹਾ ਇਸ ਚੀਜ਼ ਦਾ, ਉਹ ਤਾਂ ਕੋਈ ਪੰਜਾਬ ਦਾ ਉਹਦੇ ਤੇ ਕੋਈ ਮਸਲਾ ਨਹੀਂ ਹੈਗਾ, ਜਿਹੜਾ ਪੰਜਾਬ ਦਾ ਪਾਣੀ ਹੈ ਜਿਹੜੀ ਪੰਜਾਬ ਦੀ ਨਦੀ ਹੈ ਤੋਂ ਹੀ ਆ ਜੀ ਪਾਣੀ ਉਹ, ਤੇ ਜਿਹੜਾ ਪੰਜਾਬ ਦਾ ਪਾਣੀ ਹੈ ਪੰਜਾਬ ਦੇ ਪਾਣੀਆਂ ਦੀ ਅਕਾਲੀ ਦਲ ਹਮੇਸ਼ਾ ਰੱਖੀਆਂ ਕਰਦਾ ਰਿਹਾ, ਰੱਖੀ ਕਰਦਾ ਰਹੂ। ਚਲੋ ਜਿਹੜਾ ਪਾਣੀ ਪਹਾੜਾਂ ਤੋਂ ਸਿੱਧਾ ਕਿਤੇ ਚੱਲ ਗਿਆ, ਜੇ ਚੱਲ ਗਿਆ, ਵੈਸੇ ਹਜੇ ਪ੍ਰਪੋਜ਼ਲ ਹੈ ਜਾਂ ਨਹੀਂ ਹੈ ਚਰਚਾ ਜ਼ਰੂਰ ਹੈ, ਮੈਂ ਕਿਸੇ ਸਮੇਂ ਅਖਬਾਰ 'ਚ ਵੀ ਇਹ ਬਿਆਨ ਪੜ੍ਹਿਆ ਸੀ, ਚਰਚਾ ਜ਼ਰੂਰ ਹੈ, ਕੁਝ ਲੋਕ ਲੱਗੇ ਹੋਏ ਨੇ ਸੰਘਰਸ਼ ਕਰਨ ਕਿ ਹਿਮਾਚਲ ਤੋਂ ਸਿੱਧਾ ਹਰਿਆਣੇ 'ਚ ਪਾਣੀ ਲਿਆਂਦਾ ਜਾਵੇ, ਪਰ ਉਹ ਕਿਸ ਪੱਧਰ 'ਤੇ ਉਹ ਗੱਲਬਾਤ ਹੋਏਗੀ ਆਉਂਦੇ ਸਮੇਂ ਦੇ ਵਿੱਚ ਹਾਲੇ ਕੁਝ ਕਹਿ ਨਹੀਂ ਸਕਦੇ, ਪਰ ਭਵਿੱਖ 'ਚ ਸਭ ਕੁਝ ਹੋ ਸਕਦਾ। ਮੋਦੀ ਸਾਹਿਬ ਨੇ ਬਠਿੰਡੇ 'ਚ ਵੱਡਾ ਬਿਆਨ ਦਿੱਤਾ ਸੀ ਕਿ ਮੈਂ ਰਾਵੀ ਦਾ ਪਾਣੀ ਪੰਜਾਬ 'ਚ ਲੈ ਕੇ ਆਊਂਗਾ, ਜੇ ਰਾਵੀ ਦਾ ਪਾਣੀ ਪੰਜਾਬ 'ਚ ਆ ਸਕਦਾ ਅਤੇ ਹਿਮਾਚਲ ਦੇ ਜ਼ਰੀਏ ਵੀ ਪਾਣੀ ਆ ਜਿਹੜਾ ਹਰਿਆਣੇ ਜਾ ਸਕਦਾ। ਸੋ ਭਵਿੱਖ 'ਚ ਇਹਨਾਂ ਮੁੱਦਿਆਂ 'ਤੇ ਹਾਲੇ ਹੋਰ ਸਿਆਸਤ ਹੋਣੀ ਹੈ ਕਿਉਂਕਿ ਹਜੇ ਠੋਸ ਰਾਹ ਨਹੀਂ ਦਿਖ ਰਿਹਾ। ਹਰ ਪੋਲੀਟੀਕਲ ਪਾਰਟੀ ਆਪਣੇ ਆਪ ਨੂੰ ਸਭ ਤੋਂ ਵੱਡਾ ਰਾਖਾ ਦੱਸਦੀ ਹੈ ਅਤੇ ਦੂਸਰੀ ਧਿਰ ਨੂੰ ਸਭ ਤੋਂ ਵੱਡਾ ਵਿਰੋਧੀ ਦੱਸਦੀ ਹੈ, ਪਰ ਦੋ ਤਿੰਨ ਗੱਲਾਂ ਬੜੀਆਂ ਸਪਸ਼ਟ ਨੇ। ਸੁਖਬੀਰ ਬਾਦਲ ਦੇ ਇਸ ਭਾਸ਼ਣ ਦੇ ਨਾਲ ਇਹ ਮੁੱਦੇ ਜ਼ਰੂਰ ਗਰਮ ਹੋ ਗਏ ਨੇ, ਹਾਲਾਂਕਿ ਪਾਣੀਆਂ ਦਾ ਮਸਲਾ ਸੁਖਬੀਰ ਬਾਦਲ ਦੇ ਭਾਸ਼ਣ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਗਰਮ ਕੀਤਾ ਹੈ, ਲਾਠੀਆਂ ਪਈਆਂ, ਪਾਣੀ ਦੀਆਂ ਵਿਛਾੜਾਂ ਵੀ ਸੁਖਬੀਰ ਬਾਦਲ ਸਿਮਰਜੀਤ ਬੈਂਸ 'ਤੇ ਪਈਆਂ। ਸੋ ਪਾਣੀਆਂ ਪਿੱਛੇ ਸਿਮਰਜੀਤ ਬੈਂਸ ਤਾਂ ਕਾਫੀ ਸਮੇਂ ਤੋਂ ਲੜਾਈ ਕਰ ਰਿਹਾ, ਮਾਫ਼ ਕਰਨਾ ਉਸ ਦਿਨ ਲਾਠੀਆਂ ਨਹੀਂ ਪਈਆਂ, ਪਾਣੀ ਦੀਆਂ ਵਿਛਾੜਾਂ ਹੀ ਪਈਆਂ, ਪਰ ਇਹ ਮੁੱਦੇ, ਪਾਣੀਆਂ ਦਾ ਮੁੱਦਾ, ਸਰਹੱਦੀ ਕਿਸਾਨਾਂ ਦਾ ਮੁੱਦਾ, ਚੰਡੀਗੜ੍ਹ ਪੰਜਾਬ ਨੂੰ ਮਿਲਣ ਦਾ ਮੁੱਦਾ, ਕੀ ਨਰਿੰਦਰ ਮੋਦੀ ਖੁਦ ਸੁਲਝਾਉਣਾ ਚਾਹੁਣਗੇ, ਇਹ ਸਵਾਲ ਬਹੁਤ ਵੱਡਾ ਹੈ। ਜੇ ਨਰਿੰਦਰ ਮੋਦੀ ਨੇ ਇਹ ਮੁੱਦੇ ਸੁਲਝਾ ਤੇ ਤਾਂ ਨਿਸ਼ਚਿਤ ਤੌਰ 'ਤੇ ਭਾਜਪਾ ਫਾਇਦੇ 'ਚ ਰਹੂਗੀ, ਅਤੇ ਜੇ ਭਾਜਪਾ ਨੇ ਇਹਨਾਂ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਨਾ ਕੀਤੀ ਤਾਂ ਫਿਰ ਅਕਾਲੀ ਦਲ ਫਾਇਦੇ 'ਚ ਰਹੂਗਾ ਅਤੇ ਭਾਜਪਾ ਨੁਕਸਾਨ 'ਚ ਰਹੂਗੀ, ਅਤੇ ਜੇ ਕਾਂਗਰਸ ਹੱਥ 'ਤੇ ਹੱਥ ਧਰੀ ਬੈਠੀ ਰਹੀ ਅਤੇ ਫਿਰ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਵੀ ਕਾਂਗਰਸ ਦੇ ਹੱਥ 'ਤੇ ਹੱਥ ਹੀ ਨਾ ਰਹਿ ਜੇ, ਪਹਿਲਾਂ ਹੀ 52 'ਤੇ ਆ ਗਏ। ਬਹੁਤ ਬਹੁਤ ਧੰਨਵਾਦ।